ਨਾ ਤੈਨੂੰ ਇੱਕ ਵਾਰੀ ਸੁਣਿਆ ਨੀ ਮੇਰੇ ਪੁੱਤ ਨੇ ਕੀ ਜਵਾਬ ਦਿੱਤਾ? ਵੇ ਰੱਖੜੀ ਬੰਨਣ ਨਹੀਂ ਜਾਣਾ, ਨਹੀਂ ਜਾਣਾ, ਨਹੀਂ ਜਾਣਾ। ਮੁੰਡੇ ਦੇ ਰੱਖੜੀ ਬੰਨਦੇ ਉਹਨੂੰ ਤੋਰ, ਉਹਨੂੰ ਹੋਰ 50 ਕੰਮ ਨੇ, ਉਹ ਕੀ ਤੇਰੇ ਵਰਗਾ ਵਿਹਲਾ। ਮੇਰੇ ਭਾਈ ਦੜੀ ਬਿੱਲੇ ਦਾ ਐਕਸੀਡੈਂਟ ਹੋਇਆ। ਹਾਏ ਮੇਰੇ ਬਿੱਲੇ। ਮੰਮੀ ਚੁੱਪ ਕਰੋ ਤੁਸੀਂ। ਮਨਪ੍ਰੀਤ ਵੇਖਿਆ, ਤੇ ਮੈਂ ਰੋਟੀ ਬਣਾਉਣ ਨਾਲੋਂ ਲੇਟ ਹੋ ਗਈ। ਮਨਪ੍ਰੀਤ ਵਾਚਾ ਤੇ ਵਾਚਾ ਮਾਰੀ ਜਾਣਗੇ। ਹਾਂਜੀ, ਕਰਤਾ ਟਿਫਨ ਪੈਕ ਮੇਰਾ? ਹਾਂ ਬਣਾਤੀ। ਲੈ ਆ ਫੜੋ, ਕਿਵੇਂ ਕਾਲੀ ਕਰੀ ਜਾਂਦੇ ਨੇ। ਉਹ ਮੈਂ ਮੀਟਿੰਗ 'ਚ ਜਾਣਾ ਯਾਰ, ਤੈਨੂੰ ਹੱਥ ਨਹੀਂ ਕਿਹਾ ਤਾਂ ਹੈਗਾ ਸੀ। ਮੀਟਿੰਗ 'ਚ ਜਾਣਾ ਫਿਰ ਮੇਰੇ ਕਿਉਂ ਪੈਰਾਂ ਥੱਲੇ ਅੱਗ ਪਹੁੰਚਾ ਦਿੰਦੇ ਹੋ? ਹੁਣ ਮੈਂ ਕਰਦੀ ਕਰਦੀ ਕੰਮ ਕਰੂੰਗੀ। ਚੱਲ ਠੀਕ ਆ, ਜਾਣਾ ਹੁਣ ਮੈਂ। ਮੇਰੀ ਗੱਲ ਸੁਣੋ ਨਾਲੇ, ਹੁਣ ਤਾਂ ਰੱਖੜੀ ਆ ਗਈ, ਰੱਖੜੀ ਤੋਂ ਬਾਅਦ ਜਾਣ ਦਾ ਕੀ ਫਾਇਦਾ? ਮੈਂ ਤਾਂ ਆਪਦੇ ਵੀਰੇ ਦੇ ਪਹਿਲਾਂ ਪਹਿਲਾਂ ਰੱਖੜੀ ਬੰਨ ਕੇ ਆਊਂਗੀ। ਤੁਸੀਂ ਐਂ ਕਰਿਓ, ਕੱਲ੍ਹ ਨੂੰ ਛੁੱਟੀ ਲੈ ਲਿਓ, ਨਾਲੇ ਆਪਾਂ ਵੀਰੇ ਨੂੰ ਮਿਲ ਆਵਾਂਗੇ, ਨਾਲੇ ਮੈਂ ਰੱਖੜੀ ਬੰਨਿਆ। ਮਨਪ੍ਰੀਤ ਤੁਹਾਨੂੰ ਪਤਾ ਤਾਂ ਹੈਗਾ ਆਹ ਮਹੀਨੇ 'ਚ ਮੇਰੀਆਂ ਕਿੰਨੀਆਂ ਛੁੱਟੀਆਂ ਵੱਜ ਗਈਆਂ ਯਾਰ, ਮੈਂ ਹੋਰ ਛੁੱਟੀ ਨਹੀਂ ਲੈ ਸਕਦਾ ਹੈਗਾ, ਤੁਸੀਂ ਅੱਗੇ ਪਿੱਛੇ ਵੱਜ ਜਾਓ। ਇਹ ਕੀ ਗੱਲ ਬਣੀ? ਵੇਖਿਆ ਜਦੋਂ ਕੋਈ ਘਰੇ ਕੰਮ ਕਾਰ ਨਹੀਂ ਹੁੰਦਾ, ਕੋਈ ਜ਼ਰੂਰੀ ਆਪਾਂ ਨੂੰ ਨਹੀਂ ਹੁੰਦੀ, ਤੁਸੀਂ ਉਦੋਂ ਛੁੱਟੀ ਮਾਰ ਲੈਂਦੇ ਹੋ, ਅਤੇ ਹੁਣ ਮੈਂ ਕਿਹਾ ਵੀ ਵੀਰੇ ਕੋਲ ਜਾਣਾ, ਹੁਣ ਤੁਸੀਂ ਕਹਿੰਦੇ ਮੈਨੂੰ ਛੁੱਟੀ ਵੀ ਨਹੀਂ ਮਿਲਣੀ, ਇਹ ਕੀ ਗੱਲ ਆ? ਯਾਰ ਤੁਹਾਨੂੰ ਪਤਾ ਮੈਂ ਕਿਵੇਂ ਖਰਚਾ ਚਲਾਉਣਾ ਕਰਦਾ, ਮੇਰੇ ਲਈ ਇੱਕ ਇੱਕ ਦਿਨ ਬਹੁਤ ਕੀਮਤੀ ਆ, ਮੈਂ ਨਹੀਂ ਲੈ ਸਕਦਾ ਯਾਰ ਛੁੱਟੀ। ਕੱਲੂ ਨਾ ਸਹੀ, ਚੱਲ ਹਫ਼ਤਾ ਠਹਿਰ ਕੇ ਛੁੱਟੀ ਲੈ ਲਿਓ, ਵਕਤ ਜਾਇਓ ਮੇਰੇ ਨਾਲ। ਸਮਝ ਲੈ ਯਾਰ ਇੱਕ ਵਾਰੀ ਗੱਲ ਨੂੰ, ਨੀ ਕਿਉਂ ਰੌਲਾ ਪਾਇਆ ਹੋਇਆ? ਜਰਾ ਪਰ ਆਰਾਮ ਵੀ ਕਰ ਲੈਣ ਦਿਆ ਕਰ। ਜਦ ਜਵਾਕ ਨੇ ਕਹਿਤਾ ਵੀ ਮੈਂ ਨਹੀਂ ਜਾਣਾ ਤੇਰੇ ਨਾਲ ਰੱਖੜੀ ਬੰਨਣ, ਨਹੀਂ ਜਾਣਾ, ਆਪਣੇ ਭਾਈ ਨੂੰ ਫੋਨ ਕਰਦੇ, ਉਹ ਆਪਣਾ ਬਣਾ ਜੂਗਾ ਰੱਖੜੀ, ਹਰ ਵਾਰੀ ਤੇਰਾ ਸੁੱਖਿਆ ਥੋੜੀ ਵੀ ਤੂੰ ਹੀ ਜਾਣਾ। ਬਸ ਆਹੀ ਕਸਰ ਰਹਿ ਗਈ ਸੀ, ਇਹੀ ਕੁਛ ਸੁਣਨਾ ਸੀਗਾ, ਮੈਂ ਸੁਣ ਲਿਆ। ਕੰਮ ਜ਼ਿਆਦਾ ਜ਼ਰੂਰੀ ਆ ਨਾ, ਕੋਈ ਨਹੀਂ ਤੁਸੀਂ ਕਰੋ ਆਪਣਾ ਕੰਮ, ਜਾਓ। ਚੱਲ ਆ ਕੇ ਦੇਖਦਾ ਯਾਰ ਸੁਣੂ ਮੈਂ। ਜਾਓ ਜਾਓ। ਨਾ ਮੰਮੀ ਜੀ, ਮੈਨੂੰ ਤੁਹਾਡੀ ਨਹੀਂ ਇੱਕ ਗੱਲ ਦੀ ਸਮਝ ਆਈ, ਜੇ ਮੈਂ ਆਪਣੇ ਭਾਈ ਦੇ ਰੱਖੜੀ ਬੰਨਣ ਦੀ ਗੱਲ ਕਹਿ ਹੀ ਦਿੱਤੀ ਤਾਂ ਤੁਸੀਂ ਇਹ ਵੀ ਕਹਿ ਸਕਦੇ ਸੀ ਨਾ ਵੀ ਕੋਈ ਨਾ ਪੁੱਤ ਅੱਜ ਨਹੀਂ ਕੱਲ੍ਹ ਨਹੀਂ, ਠਹਿਰ ਕੇ ਲੈ ਜਾਈ ਹਫ਼ਤਾ 10 ਦਿਨ। ਪਰ ਤੁਸੀਂ ਤੁਸੀਂ ਜਵਾਬ ਹੀ ਦੇਤਾ ਵੀ ਆਪਣਾ ਭਰਾ ਆਪ ਰੱਖੜੀ ਬਣਾ ਕੇ ਲੈ ਜਾਵੇ ਤੇਰਾ ਇੱਥੇ ਆ ਕੇ। ਨਾ ਤੈਨੂੰ ਇੱਕ ਵਾਰੀ ਸੁਣਿਆ ਨਹੀਂ ਮੇਰੇ ਪੁੱਤ ਨੇ ਕੀ ਜਵਾਬ ਦਿੱਤਾ? ਵੀ ਰੱਖੜੀ ਬੰਨਣ ਨਹੀਂ ਜਾਣਾ, ਨਹੀਂ ਜਾਣਾ, ਨਹੀਂ ਜਾਣਾ। ਜੇ ਜ਼ਿਆਦਾ ਗੱਲ ਹੈ ਰੱਖੜੀ ਦੀ, ਤੇਰਾ ਭਰਾ ਬਣ ਆ ਜਾਵੇ ਆ ਕੇ, ਅਸੀਂ ਕੀ ਰੋਕਦੇ ਹਾਂ? ਉਈ ਬਸ ਚੜ 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 ਲਾਈ ਰੱਖਦੀ ਆ 24 ਘੰਟੇ। ਕੋਈ ਗੱਲ ਨਹੀਂ ਮੰਮੀ ਜੀ, ਮੈਂ ਤਾਂ ਤੁਹਾਡੇ ਮਗਰ ਲੱਗ ਕੇ ਨਹੀਂ ਜਾਊਂਗੀ ਰੱਖੜੀ ਬੰਨਣ। ਚੱਲ ਮੇਰਾ ਭਰਾ ਵੀ ਜੇ ਉਹਦਾ ਟਾਈਮ ਲੱਗਿਆ ਬਣਾ ਜੂਗਾ, ਨਹੀਂ ਉਹ ਵੀ ਨਾ ਆਊਗਾ ਬਣਾਉਣ। ਸਾਡਾ ਤਾਂ ਭੈਣ ਭਰਾਵਾਂ ਦਾ ਪਿਆਰ ਫਿਰ ਵੀ ਓਨਾ ਹੀ ਕਾਇਮ ਰਹੂਗਾ ਜਿੰਨਾ ਪਹਿਲਾਂ ਸੀਗਾ। ਪਰ ਮੈਨੂੰ ਇੱਕ ਗੱਲ ਦਾ ਜਵਾਬ ਦਿਓ ਵੀ ਤੁਹਾਡੀ ਉਮਰ ਇੰਨੀ ਹੋ ਗਈ, ਤੁਸੀਂ ਕਿਉਂ ਆਪਦੇ ਭਾਈ ਦੀ ਰੱਖੜੀ ਬੰਨਣ ਜਾਂਦੇ ਹੋ? ਨਹੀਂ ਤੂੰ ਕੱਲ੍ਹ ਇਸ ਘਰ ਵਿੱਚ ਆ ਕੇ ਮੇਰੇ ਭਾਈਆਂ ਤੱਕ ਉੱਪੜ ਗਈ, ਨਾ ਮੇਰੇ ਭਾਈਆਂ ਦਾ ਤੇਰਾ ਭਾਈ ਨੰਗ ਮਲੰਗ ਕੀ ਮੁਕਾਬਲਾ ਕਰ ਲਊਗਾ? ਮੇਰੇ ਭਾਈ ਰਜਵਾੜੇ ਕਿੱਲਿਆਂ ਦੇ ਮਾਲਕ, 25 ਪਿੰਡਾਂ 'ਚ ਉਹਨਾਂ ਦੀ ਜੈਲਦਾਰੀ ਚੱਲਦੀ ਆ, ਤੇ ਤੇਰੇ ਤੇਰੇ ਭੁੱਖ ਨੰਗ। ਪਹਿਲੀ ਗੱਲ ਤਾਂ ਮੰਮੀ ਆਪਦੀ ਜ਼ੁਬਾਨ ਸੰਭਾਲ ਕੇ ਬੋਲੋ, ਨੰਗ ਮਲੰਗ ਕਹਿਣ ਦੀ ਨਾ ਲੋੜ ਨਹੀਂ ਹੈਗੀ, ਆਹ ਕੁਛ ਨਾ ਪਰਖੋ। ਨਾਲੇ ਉਦੋਂ ਤੁਹਾਡੀਆਂ ਅੱਖਾਂ ਕੀ ਮੀਚੀਆਂ ਸੀ? ਜੇ ਤੁਹਾਡੇ ਭਰਾ ਰਾਜੇ ਆ ਨਾ, ਉਹ ਆਪਦੇ ਘਰੇ ਹੋਣਗੇ, ਉਹਨਾਂ ਦੀ ਤਾਂ ਮੇਰੇ ਤੇ ਨਾ ਜਮਾਓ, ਮੇਰਾ ਭਾਈ ਮੇਰੇ ਲਈ ਰਾਜਾ ਹੈ। ਨਾ ਜੇ ਤੇਰਾ ਭਰਾ ਰਾਜਾ ਤਾਂ ਹੁਣ ਤੱਕ ਤੇਰੇ ਤੋਂ ਰੱਖੜੀ ਬਣਾਉਣ ਆ ਜਾਂਦਾ, ਵੀ ਨਾ ਮੇਰੀ ਭੈਣ ਨੇ ਫੋਨ ਕਰਿਆ, ਨਾ ਮੇਰੀ ਭੈਣ ਆਪ ਆਈ। ਰੱਖੜੀਆਂ ਹਜੇ ਟੱਪੀਆਂ ਨੇ, ਆਉਣੀਆਂ ਨੇ, ਆ ਜੂਗਾ ਮੇਰਾ ਭਾਈ। ਫਿਰ ਤੂੰ ਤਾਂ ਨਹੀਂ ਜਾਂਦੀ, ਭਾਈ ਤੇਰਾ ਆਊਗਾ ਇੱਥੇ। ਰਹੀ ਗੱਲ ਮੇਰੇ ਭਰਾਵਾਂ ਦੀ, ਮੈਂ 1 ਸਾਲ ਨਹੀਂ ਗਈ ਸੀ ਰੱਖੜੀ ਬੰਨਣ, ਮੇਰੇ 3 ਭਰਾ ਆ ਗਏ ਸੀ ਇੱਥੇ
ਰੱਖੜੀ ਬਣਾਉਣ ਮੇਰੇ ਤੋਂ। ਰੁੱਸ ਗਏ ਹੋਗੇ ਪੈਸਿਆਂ ਪੂਸਿਆਂ ਪਿੱਛੇ। ਨਾਲੇ ਮੇਰੀ ਗੱਲ ਸੁਣੋ, ਜਦੋਂ ਮੇਰਾ ਰਿਸ਼ਤਾ ਲਿਆ ਸੀ ਉਦੋਂ ਨਾ ਆਪਦੇ ਅਰਕੇ ਲੱਭਣੇ ਸੀਗੇ, ਉਹਨਾਂ ਨਾਲ ਮੱਥਾ ਲਾਉਣਾ ਸੀ, ਪਰ ਸਾਡੇ ਅਰਕੇ ਗਰੀਬਾਂ ਨਾਲ ਮੱਥਾ ਕਿਉਂ ਲਾਇਆ ਸੀ ਜੇ ਆਹੀ ਤਾਨੇ ਮੇਣੇ ਦੇਣੇ ਸੀ ਤੁਸੀਂ ਮੈਨੂੰ? ਮੈਨੂੰ ਤਾਂ ਐਂ ਲੱਗਦਾ ਸੀ ਕਿ ਇਕੱਲੀ ਇਕੱਲੀ ਮਾਪਿਆਂ ਦੀ ਧੀ ਹੈ, ਇਕੱਲਾ ਇਕੱਲਾ ਮਾਪਿਆਂ ਦਾ ਪੁੱਤ ਹੈ, ਵਧੀਆ ਹੋਊਗਾ। ਪਰ ਮੈਨੂੰ ਕੀ ਪਤਾ ਸੀ, ਬਸ ਤੁਸੀਂ ਸਾਰੇ ਹੈ ਹੀ ਨੰਗ ਮਲੰਗ ਕੋੜੀ ਸਿਰੇ ਦੇ। ਮੰਮੀ, ਜੇ ਮੈਂ ਲਿਹਾਜ਼ ਕਰੀ ਜਾਂਦੀ ਨਾ ਤੁਹਾਡੇ ਬੜੇਪਨ ਦੀ, ਤਾਂ ਬਾਹਲਾ ਬੋਲਣ ਦੀ ਲੋੜ ਨਹੀਂ ਹੈਗੀ, ਕਿਉਂਕਿ ਜ਼ਬਾਨ ਓਨੀ ਚਲਾਉਣੀ ਮੈਂ ਵੀ ਜਾਣਦੀ ਹਾਂ। ਪਰ ਫਰਕ ਪਤਾ ਕੀ ਆ, ਮੈਂ ਤੁਹਾਡੇ ਵਾਂਗੂ ਬੋਲਣਾ ਨਹੀਂ ਚਾਹੁੰਦੀ, ਕਿਉਂਕਿ ਫਿਰ ਤੁਹਾਡੇ ਤੇ ਮੇਰੇ 'ਚ ਕੋਈ ਫਰਕ ਹੀ ਨਹੀਂ ਰਹਿਣਾ। ਜੋ ਸੱਚ ਹੈ ਨਾ, ਮੈਂ ਉਹੀ ਕਿਹਾ, ਤੈਨੂੰ ਕਿਉਂ ਤਕਲੀਫ ਹੁੰਦੀ ਹੈ? ਤੇ ਤੁਹਾਡੇ ਭਰਾ ਵੀ ਸ਼ਾਇਦ ਤਾਂ ਹੀ ਰਾਜੇ ਬਣੇ ਹੋਣ ਵੀ ਤੁਸੀਂ ਇੱਥੋਂ ਲਟਾ ਲਟਾ ਕੇ ਸਾਰਾ ਉੱਥੇ ਫੜਾ ਕੇ ਆਏ ਹੋਵੋ। ਮੂੰਹ ਸੰਭਾਲ ਕੇ ਗੱਲ ਕਰਨੀ, ਆਪਦਾ ਸੰਭਾਲੋ। ਜਵਾਨ ਖੋਲਦੀ ਆ, ਤੈਨੂੰ ਦਿੰਨੀ ਆ ਮੈਂ ਰੱਖੜੀਆਂ ਤੇ ਜਾਣ। ਆ ਜਾਵੇ ਤੇਰਾ ਭਰਾ ਹੀ, ਇੱਥੇ ਹੀ ਆਊਗਾ, ਇੱਥੇ ਹੀ ਰੱਖੜੀ ਬਣਾ ਕੇ ਲੈ ਕੇ ਜਾਊਗਾ, ਤੈਨੂੰ ਤਾਂ ਨਹੀਂ ਮੈਂ ਜਾਣ ਦਿੰਦੀ। ਵੀਰੇ ਨੂੰ ਲਾਵਾਂ ਵੀ ਚੱਲ ਮੇਰੇ ਤੋਂ ਤਾਂ ਇਸ ਵਾਰੀ ਨਹੀਂ ਆਇਆ ਜਾਣਾ, ਤੂੰ ਹੀ ਆ ਕੇ ਬਣਾ ਕੇ ਲੈ ਜੀ, ਨਾਲੇ ਇਹਦਾ ਮੂੰਹ ਬੰਦ ਹੋ ਜਾਊਗਾ। ਹੈਲੋ ਵੀਰੇ, ਸਤਿ ਸ਼੍ਰੀ ਅਕਾਲ, ਕੀ ਹਾਲ ਆ, ਕਿੱਥੇ ਸੀਗਾ? ਅੱਛਾ ਅੱਛਾ, ਗਰਮੀ ਬਹੁਤ, ਆਪਦਾ ਧਿਆਨ ਰੱਖਿਆ ਕਰ। ਨਾਲੇ ਮੇਰੀ ਗੱਲ ਸੁਣ ਬਾਈ, ਫੋਨ ਤਾਂ ਮੈਂ ਤੈਨੂੰ ਤਾਂ ਲਾਇਆ ਸੀਗਾ, ਆ ਰੱਖੜੀ ਆਉਣ ਵਾਲੀ ਆ ਤੈਨੂੰ ਪਤਾ ਹੀ ਆ। ਓਹੋ, ਉਹੀ ਤਾਂ ਦੱਸਣ ਲੱਗੀ ਹਾਂ ਵੀ ਮੇਰੇ ਤੋਂ ਆਇਆ ਨਹੀਂ ਜਾਣਾ। ਕਿਉਂਕਿ ਵੀਰੇ ਤੈਨੂੰ ਪਤਾ ਤਾਂ ਹੈ, ਜਦੋਂ ਵਿਆਹੀਆਂ ਵਾਰੀਆਂ ਜਾਣਨਾ ਪੈਣਾ ਫਿਰ ਤਾਂ ਸੱਸਾਂ ਦੀ ਮੁਖਤਿਆਰੀ ਹੇਠ ਹੀ ਚੱਲਣਾ ਪੈਂਦਾ। ਬਸ ਜੇ ਤਾਂ ਕਹਿਤਾ ਵੀ ਵਗ ਜਾਓ ਤਾਂ ਰੱਖੜੀ ਬੰਨਣ ਮੇਰੇ ਅਰਗੀ ਵਗ ਜਾਂਦੀ ਆ, ਜੇ ਕਹਿਤਾ ਵੀ ਨਹੀਂ ਜਾਣਾ ਤਾਂ ਸਮਝ ਲੈ ਬਸ ਨਹੀਂ ਜਾਣਾ। ਕੀ ਸਮਝਾਵਾਂ ਬਈ ਮੈਂ, ਜਦੋਂ ਇਹਨਾਂ ਨੂੰ ਆਪ ਨੂੰ ਨਹੀਂ ਅਕਲ ਆਉਂਦੀ, ਮੇਰੇ ਤੋਂ ਤਾਂ ਇਹ ਵੱਡੇ ਨੇ, ਇਹਨਾਂ ਨੂੰ ਖੁਦ ਨੂੰ ਚਾਹੀਦਾ ਵੀ ਦੋਨੇ ਭੈਣ ਭਾਈਆਂ ਦਾ ਰਿਸ਼ਤਾ ਇਹਨਾਂ ਨੇ ਵਰਤਣਾ ਹੈਗਾ। ਚੱਲ ਬਾਈ, ਮੈਂ ਤੈਨੂੰ ਇਹੀ ਕਹਿੰਦੀ ਸੀ, ਮੈਂ ਇਹਨਾਂ ਨੂੰ ਵੀ ਕਿਹਾ ਸੀ ਵੀ ਛੁੱਟੀ ਲੈ ਲਿਓ ਆਪਾਂ ਬਾਗ ਚੱਲਾਂਗੇ, ਉਹਨਾਂ ਨੇ ਵੀ ਮਨਾ ਕਰਤਾ ਵੀ ਮੇਰੇ ਤੋਂ ਛੁੱਟੀ ਲਈ ਨਹੀਂ ਜਾਣੀ, ਅਤੇ ਮੇਰੀ ਸੱਸ ਨੇ ਵੀ ਸਾਫ਼ ਜਵਾਬ ਦਿੱਤਾ, ਕਹਿੰਦੀ ਅਸੀਂ ਤੈਨੂੰ ਰੱਖੜੀ ਬੰਨਣ ਤਾਂ ਜਾਣ ਨਹੀਂ ਦਿੰਦੇ, ਤੇਰਾ ਭਾਈ ਆ ਕੇ ਬਣਾ ਕੇ ਲੈ ਜੇ। ਹਾਂ ਬਸ ਤੂੰ ਆ ਜੀ, ਚੰਗਾ? ਨਾ ਨਾ ਵੀਰੇ, ਕੁਛ ਨਹੀਂ ਲਿਆਉਣਾ, ਬਸ ਤੂੰ ਮੇਰੇ ਕੋਲ ਆਪਦਾ ਮੂੰਹ ਹੀ ਦਿਖਾ ਜੀ ਆ ਕੇ, ਅਤੇ ਰੱਖੜੀ ਬਣਾ ਕੇ ਲੈ ਜੀ, ਇੰਨਾ ਹੀ ਬਹੁਤ ਆ ਮੇਰੇ ਲਈ। ਹੋਏ ਕਮਲਿਆ, ਜ਼ਰੂਰੀ ਨਹੀਂ ਹੁੰਦਾ ਵੀ ਭੈਣਾਂ ਨੂੰ ਭਰਾਵਾਂ ਤੋਂ ਹਮੇਸ਼ਾ ਪੈਸੇ ਜਾਂ ਕੋਈ ਚੀਜ਼ ਹੀ ਚਾਹੀਦੀ ਹੁੰਦੀ ਆ, ਕਈ ਵਾਰੀ ਭੈਣਾਂ ਨੂੰ ਸਿਰਫ ਭਰਾ ਦਾ ਇੰਨਾ ਕੁ ਮੋਹ ਹੁੰਦਾ ਵੀ ਉਹ ਗੇੜਾ ਹੀ ਕੱਢ ਜੇ, ਉਹਦੇ ਕੋਲ ਬਹੁਤ ਆ। ਚੰਗਾ ਮੇਰਾ ਵੀਰ, ਧਿਆਨ ਰੱਖੀ, ਚੰਗਾ? ਠੀਕ ਆ। ਕਿੱਡੀ ਚੰਦਰੀ ਹੈ ਵੀ ਦੱਸ, ਜੇ ਤੇਰੀ ਵੀ ਇੱਕ ਧੀ ਹੁੰਦੀ ਤੇ ਉਹਦਾ ਵੀ ਇਕੱਲਾ ਇਕੱਲਾ ਤਾਂ ਇਹ ਭਾਈ ਆ, ਉਹਨੂੰ ਰੱਖੜੀ ਬੰਨਣ ਤੋਂ ਮਨਾ ਕਰਦੇ ਤਾਂ ਉਹਨੂੰ ਕਿਵੇਂ ਦਾ ਲੱਗਦਾ? ਪਤਾ ਨਹੀਂ ਕਿਉਂ ਲੋਕ ਇਹ ਸੋਚ ਕੇ ਤਾਂ ਚੱਲਦੇ ਹੀ ਨਹੀਂ ਵੀ ਸਾਡੇ ਵਾਲੀਆਂ ਨਾਲ ਵੀ ਇਹ ਟਾਈਮ ਹੋ ਸਕਦਾ ਹੈਗਾ। ਬਸ ਇੱਕ ਨੂੰਹਾਂ ਹੀ ਮਾੜੀਆਂ ਦਿਸ ਜਾਂਦੀਆਂ ਵੀ ਜਿੱਥੇ ਅਸੀਂ ਕਹਿ ਤਾਂ ਉੱਠਣਾ ਉੱਥੇ ਉੱਠਣਾ, ਜਿੱਥੇ ਅਸੀਂ ਕਹਿ ਤਾਂ ਬੈਠਣਾ ਉੱਥੇ ਬੈਠਣਾ। ਹੈਲੋ, ਹਾਂਜੀ, ਮੈਂ ਤਾਂ ਤੁਹਾਨੂੰ ਐਂ ਕਹਿੰਦੀ ਸੀਗੀ ਵੀ ਵੀਰੇ ਨਾਲ ਮੇਰੀ ਗੱਲ ਹੋ ਗਈ ਸੀ, ਵੀਰਾ ਕੱਲ੍ਹ ਨੂੰ ਆਊਗਾ ਮੇਰੇ ਤੋਂ ਰੱਖੜੀ ਬਣਵਾਉਣ, ਅਤੇ ਤੁਸੀਂ ਨਾ ਐਂ ਕਰਿਓ ਸ਼ਾਮ ਨੂੰ ਆਉਂਦੇ ਹੋਏ ਨਾ ਨਾਲ ਤਾਂ ਬਰਫੀ ਵਗੈਰਾ ਦਾ ਡੱਬਾ ਲੈ ਆਇਓ ਅਤੇ ਨਾਲੇ ਕੁਛ ਹੋਰ ਖਾਣ ਪੀਣ ਨੂੰ ਲੈ ਆਇਓ।
ਫਿਰ ਵੀ ਵਿਚਾਰਾ ਕਿੰਨੇ ਟਾਈਮ ਬਾਅਦ ਮੇਰੇ ਕੋਲ ਆਊਗਾ, ਨਾਲੇ ਉਹਨੇ ਕਿਹੜਾ ਊ ਆਉਣਾ, ਤਿਉਹਾਰ ਕਰਕੇ ਆਉਣਾ, ਚੱਲ ਮੂੰਹ ਵੀ ਜਠਾਉਣਾ ਬਣਦਾ ਹੀ ਹੁੰਦਾ। ਹਾਂ ਹਾਂ ਬਸ ਕਿਲੋ ਕੁ ਬਰਫੀ ਲੈ ਆਇਓ, ਸਾਰਾ ਆਪਾਂ ਪਰਿਵਾਰ ਖਾ ਲਾਂਗੇ ਨਾਲੇ। ਲਿਆ ਮੇਰੀ ਵੀ ਗੱਲ ਕਰਾ ਪੁੱਤ। ਆਲ ਹਾਂ ਬਿੱਲੇ ਪੁੱਤ, ਮੈਂ ਤਾਂ ਤੈਨੂੰ ਐਂ ਕਹਿੰਦੀ ਸੀ ਵੀ ਕੋਈ ਲੋੜ ਨਹੀਂ ਬਰਫੀਆਂ ਬੁਰਫੀਆਂ ਲਿਆਉਣ ਦੀ ਪੁੱਤ, ਇੰਨਾ ਖਰਚਾ ਕਿਉਂ ਕਰਨਾ, ਪੁੱਤੇ ਦੇ ਭਾਈ ਨੇ ਆਉਣਾ, ਆਪੇ ਲਿਆਊਗਾ ਮੂੰਹ ਮਿੱਠਾ ਕਰਾਉਣ ਵਾਸਤੇ ਡੱਬਾ। ਹਾਂ ਹਾਂ ਠੀਕ ਹੈ ਪੁੱਤ, ਆ ਜਾਈ ਟਾਈਮ ਨਾਲ। ਮਨਪ੍ਰੀਤ ਦੇਖ ਪੁੱਤ, ਜ਼ਰੂਰ ਆਪਾਂ ਖਰਚਾ ਕਰਨਾ, ਮਿੱਠਾ ਤਾਂ ਬਿਮਾਰੀਆਂ ਦਾ ਘਰ ਹੈ, ਤੇਰਾ ਭਾਈ ਕਿਹੜਾ ਖਾਲੀ ਹੱਥ ਆਊਗਾ। ਨਾਲੇ ਪੁੱਤ ਰੱਖੜੀਆਂ ਰੁੱਖੜੀਆਂ ਦੇ ਨਾ ਪਹਿਲਾਂ ਹੁੰਦੇ ਸੀ ਜ਼ਮਾਨੇ ਵੀ ਇੰਨਾ ਇੰਨਾ ਖਰਚਾ ਕਰਨਾ, ਅੱਜ ਕੱਲ੍ਹ ਕੌਣ ਕਰਦਾ ਖਰਚਾ ਮਠਿਆਈਆਂ 'ਤੇ, ਮਠਿਆਈਆਂ 'ਤੇ ਤਾਂ ਜਮਾਂ ਹੀ ਨਹੀਂ ਕਰਦਾ। ਜੇਕਰ ਲਿਆਉਣਾ ਪੁੱਤ ਕੋਈ ਨਹੀਂ, ਫਰੂਟ ਮੰਗਵਾ ਲਈ, ਮੇਰੀ ਗੱਲ ਸੁਣ, ਨਾਲੇ ਨਾ ਰੱਖੜੀ ਰੁੱਖੜੀ ਵੀ ਉਹ ਕਿਹੜਾ ਨਿਆਣਾ ਆ, ਮਹਿੰਗੀ ਲਿਆਉਣ ਦੀ ਲੋੜ ਨਹੀਂ, ਭਾਵੇਂ ਉਹ ਤਾਂ ਕੱਚਾ ਧਾਗਾ ਬੰਨਦੇ, ਭੈਣ ਭਾਈ ਦਾ ਦਿਲੋਂ ਪਿਆਰ ਹੋਣਾ ਚਾਹੀਦਾ, ਗੁੜ ਖਵਾ ਕੇ ਉਹਨੂੰ ਮੈਂ ਮਿੱਠਾ ਕਰਦੇ ਹੈ। ਪੁੱਤ ਖਰਚਾ ਕਿਉਂ ਕਰਨਾ, ਤੈਨੂੰ ਆਪਣੇ ਘਰ ਦਾ ਪਤਾ ਹੀ ਹੈ। ਮੰਮੀ ਤੁਸੀਂ ਮਾੜਾ ਜਿਹਾ ਤਾਂ ਸੋਚ ਕੇ ਦੇਖੋ ਵੀ ਅਸੀਂ ਭੈਣ ਭਾਈ ਹਾਂ ਇੱਕ ਦੂਜੇ ਨਾਲ ਵਰਤਣ ਵਾਲੇ, ਮਾਂ ਬਾਪ ਸਾਡੇ ਸਿਰ 'ਤੇ ਨਹੀਂ ਹੈਗਾ, ਨਾਲੇ ਮੇਰਾ ਭਾਈ ਕਿਹੜਾ ਵਿਚਾਰਾ ਰੋਜ਼ ਹੀ ਇੱਥੇ ਆਇਆ ਰਹਿੰਦਾ, ਹੁਣ ਇਹ ਕਿਤੇ ਆਉਣਾ ਹੈਗਾ, 2-3 ਮਹੀਨਿਆਂ ਬਾਅਦ ਉਹ ਗੇੜਾ ਮਾਰਦਾ, ਜੇ 2-3 ਮਹੀਨਿਆਂ ਬਾਅਦ ਆਏ ਦੀ ਮੈਂ ਮਾੜੀ ਜਿਹੀ ਖਾਤਰਦਾਰੀ ਵੀ ਕਰ ਦੂੰਗੀ ਤਾਂ ਕੀ ਹੋ ਜੂਗਾ, ਆਪਾਂ ਨੂੰ ਤਾਂ ਘਾਟਾ ਨਹੀਂ ਪੈਣ ਲੱਗਿਆ। ਨਾਲੇ ਹਰ ਇੱਕ ਭਾਈ ਦਾ ਇਹੀ ਸੁਪਨਾ ਹੁੰਦਾ ਵੀ ਉਹਦੀ ਭੈਣ ਵਧੀਆ ਘਰੇ ਵਿਆਹੀ ਗਈ ਆ, ਚੱਲ ਮੇਰੀ ਭੈਣ ਖੁਸ਼ੀ ਖੁਸ਼ੀ ਰਹੇ, ਅਤੇ ਹਰ ਇੱਕ ਭੈਣ ਨੂੰ ਇਹ ਵੀ ਹੁੰਦਾ ਵੀ ਮੈਂ ਆਪਦੇ ਭਰਾ ਨੂੰ ਜਿੰਨਾ ਕੁ ਵੀ ਮੇਰੇ ਤੋਂ ਸਰਦਾ ਉਨਾ ਕੁ ਦੇ ਸਕਾਂ, ਉਨਾ ਕੁ ਉਹਦਾ ਕਰ ਸਕਾਂ। ਜੇ ਮੈਂ ਪੂਰਾ ਮਹਿੰਗੀ ਰੱਖੜੀ ਵੀ ਬੰਨ ਦੂੰਗੀ ਤਾਂ ਵੀ ਆਪਾਂ ਨੂੰ ਕੋਈ ਫਰਕ ਨਹੀਂ ਪੈਂਦਾ, ਕਿਉਂ ਤੁਸੀਂ ਇਹੋ ਜਿਹੀਆਂ ਗੱਲਾਂ ਕਰੀ ਜਾਂਦੇ ਹੋ। ਪੁੱਤ ਜਿਹੜੇ ਕਬੀਲਦਾਰ ਘਰ ਦੇ ਕਾਕੇ ਹੁੰਦੇ ਆ ਨਾ, ਉਹ ਤਾਂ ਆਪਣੀਆਂ ਭੈਣਾਂ ਦੇ ਘਰ ਪਾਣੀ ਵੀ ਨਹੀਂ ਪੀਂਦੇ, ਆਹ ਬਰਫੀਆਂ ਬੁਰਫੀਆਂ ਖਾਣ ਦੀ ਤਾਂ ਗੱਲ ਦੂਰ ਦੀ ਹੈ। ਤੇਰਾ ਭਰਾ ਸੁੱਖ ਨਾ ਸਮਝਦਾਰ ਆ, ਅਤੇ ਤੂੰ ਵੀ ਸਮਝਦਾਰ ਆ, ਅਤੇ ਸਮਝਦਾਰੀ ਤੋਂ ਕੰਮ ਲਈਦਾ ਹੁੰਦਾ ਪੁੱਤ, ਰੱਖੜੀਆਂ ਰੁੱਖੜੀਆਂ ਦਿਨ ਤਿਉਹਾਰਾਂ 'ਤੇ ਬਹੁਤੇ ਖਰਚੇ ਨਹੀਂ ਕਰੀਦੇ ਹੁੰਦੇ। ਮੰਮੀ ਇੰਨੀ ਕੁ ਸਮਝਦਾਰ ਤਾਂ ਮੈਂ ਹੈਗੀ ਹਾਂ ਵੀ ਮੈਂ ਆਪਦੇ ਘਰ ਨੂੰ ਇੰਨਾ ਵੀ ਘਾਟਾ ਨਹੀਂ ਪੈਣ ਦਿੰਦੀ, ਪਰ ਮੈਨੂੰ ਇਹ ਨਹੀਂ ਸਮਝ ਆਉਂਦੀ ਵੀ ਭੈਣ ਭਾਈ ਨੂੰ ਦੇਣ ਨਾਲ ਕੀ ਘਾਟਾ ਪੈ ਜਾਂਦਾ। ਜੇ ਆਪਣੇ ਕੋਲ ਸਰਦਾ ਪੁਰਦਾ ਹੈ, ਰੱਬ ਨੇ ਆਪਾਂ ਨੂੰ ਇੰਨੀ ਕੁ ਜੋਗਾ ਬਣਾਇਆ ਹੈ, ਤਾਂ ਆਪਾਂ ਇੰਨਾ ਕੁ ਤਾਂ ਕਰ ਸਕਦੇ ਹਾਂ। ਪੁੱਤ ਜੋ ਕੁਛ ਵੀ ਮੈਂ ਕਹਿੰਦੀ ਹਾਂ ਨਾ ਤੁਹਾਡੇ ਭਲੇ ਵਾਸਤੇ ਕਹਿੰਦੀ ਹਾਂ, ਚਾਰ ਛਿੱਲੜ ਜੁੜੇ ਹੋਣਗੇ ਤੁਹਾਡੇ ਔਖੇ ਵੇਲੇ ਕੰਮ ਆਉਣਗੇ, ਠੀਕ ਹੈ ਨਾ। ਆਹ ਖਰਚਿਆਂ ਦਾ ਕੀ ਹੈ, ਇਹ ਤਾਂ ਤੁਸੀਂ ਹੱਥ ਘੱਟ ਸਕਦੇ ਹੋ, ਬਾਕੀ ਭਾਈ ਤੇਰੀ ਮਰਜ਼ੀ, ਤੂੰ ਆਪ ਸਮਝਦਾਰ। ਮੈਨੂੰ ਸਮਝ ਨਹੀਂ ਆਉਂਦੀ ਸੱਚੀ ਇਹੋ ਜਿਹੀਆਂ ਬੁੜੀਆਂ ਦੀ, ਜਦੋਂ ਤਾਂ ਸੌਣ ਚੜ੍ਹੇ ਭਰਾ ਆਵੇ ਤੁਹਾਡਾ ਸੰਧਾਰਾ ਲੈ ਕੇ, ਅਤੇ ਉਦੋਂ ਤਾਂ ਪੇਕੇ ਲੱਦੇ ਆਉਣ ਵੀ ਸਾਡੀ ਨੂੰਹ ਦਾ ਸੰਧਾਰਾ ਆਇਆ ਸੀ ਲੋਕਾਂ 'ਚ ਦਿਖਾਉਣਾ। ਅੱਛਾ ਜੇ ਰੱਖੜੀ ਦਾ ਤਿਉਹਾਰ ਆ ਗਿਆ ਵੀ ਭੈਣ ਨੇ ਰੱਖੜੀ ਬੰਨ੍ਹਣ ਜਾਣਾ, ਅਤੇ ਉਹ ਕੁਛ ਲੈ ਕੇ ਨਾ ਜਾਵੇ, ਉਹ ਖਾਲੀ ਹੱਥ ਜਾਵੇ, ਕਿਹੋ ਜਿਹੇ ਰਿਵਾਜ ਬਣਾਏ ਆ। ਫਿਰ ਕੋਈ ਨਾ ਤੁਸੀਂ ਬੈਠੋ ਮੈਂ ਕਰਦੀ ਆ ਬਸ। ਮਨਪ੍ਰੀਤ ਸਵੇਰ ਦੀ ਸੁਬਾਹ ਦੀ ਉੱਠ ਕੇ ਲੱਗੀ ਆ ਕੰਮ ਕਰਨ ਵੀ, ਅੱਜ ਮੇਰੇ ਵੀਰੇ ਨੇ ਆਉਣਾ, ਆ ਜਾ ਬੈਠ ਜਾ।
ਦੁੱਧ ਮੈਂ ਅੰਦਰ ਨਾ ਲੱਭ ਲਾਂ, ਤੁਸੀਂ ਟਿਫਨ ਪੈਕ ਕਰਨਾ ਜੀ। ਹੋਰ ਸੁਣਾ। ਵਧੀਆ, ਤੂੰ ਦੱਸ ਕੁੜੀਏ ਕਿਵੇਂ ਲੀਸੀ ਹੋ ਰਹੀ ਆ? ਉਹ ਬਸ ਵੀਰੇ, ਤੈਨੂੰ ਪਤਾ ਤਾਂ ਹੈ ਵੀ ਗਰਮੀ ਹੀ ਇੰਨੀ ਹੋਈ ਪਈ ਆ, ਨਾ ਤਾਂ ਕੁਛ ਖਾਣ ਨੂੰ ਜੀ ਕਰਦਾ ਤੇ ਨਾ ਹੀ ਆ ਕੰਮ ਚੋਂ ਨਿਕਲਿਆ ਜਾਂਦਾ, ਧੁੱਪ 'ਚ ਮਰੀ ਜਾਂਦੇ ਆ ਸਾਰਾ ਦਿਨ। ਚੱਲ ਤੂੰ ਬੈਠ, ਮੈਂ ਇਹਨਾਂ ਨੂੰ ਟਿਫਨ ਪੜਾਇਆ ਵਾ, ਚੰਗਾ ਲੇਟ ਹੋਈ ਜਾਂਦੇ ਆ। ਠੀਕ ਆ। ਮੇਰੀ ਗੱਲ ਸੁਣ ਲਓ ਨਾਲੇ, ਮੈਂ ਇੰਨਾ ਵਿਹਲਾ ਨੀ ਹੈਗਾ ਕਿ ਉੱਥੇ ਤੇਰੇ ਵੀਰੇ ਨਾਲ ਗੱਲਾਂ ਕਰੀ ਜਾਵਾਂ, ਮੈਨੂੰ ਹੋਰ ਵੀ ਬਹੁਤ ਕੰਮ ਹੁੰਦੇ ਨੇ, ਆ ਰੋਟੀ ਫੜਾਉਣ ਵਾਲੇ ਮੈਂ ਜਾਵਾਂ। ਨਾ ਮੇਰੀ ਗੱਲ ਤਾਂ ਭਾਵੇਂ ਗੁੱਸਾ ਹੀ ਕਰਿਓ, ਜਿੱਦੇ ਮੈਨੂੰ ਵਿਆਹ ਕੇ ਲਿਆਉਣਾ ਸੀ ਉਦੇ ਵੀ ਤਾਂ ਮੇਰੇ ਵੀਰੇ ਨਾਲ ਹੀ ਸਾਰੀਆਂ ਗੱਲਾਂ ਕੀਤੀਆਂ ਸੀ ਨਾ, ਫਿਰ ਅੱਜ ਮੇਰਾ ਵੀਰਾ ਮਾੜਾ ਕਿਉਂ ਲੱਗਦਾ ਤੁਹਾਨੂੰ? ਉਹ ਮੇਰੇ ਤੋਂ ਨਹੀਂ ਇੰਨੀ ਭਗਾਈ ਬਾਈਦੀ ਤੇਰੇ ਨਾਲ, ਰੋਟੀ ਪਾਣੀ ਮੈਂ ਭੁੱਖੇ ਹੀ ਵਗ ਜੂੰਗਾ। ਮੇਰੀ ਗੱਲ ਸੁਣ ਲਓ, ਭੁੱਖੇ ਬਿੰਦਕ ਨੂੰ ਜਾਂਦੇ ਹੋ ਨਾ, ਹੁਣੇ ਹੀ ਵਗ ਜਾਓ ਮੇਰੇ ਵੱਲੋਂ। ਜਦੋਂ ਮੇਰੇ ਭਰਾ ਦੀ ਆਏ ਦੀ ਕਦਰ ਨਹੀਂ ਨਾ ਤੁਸੀਂ ਕਰ ਸਕਦੇ, ਤਾਂ ਕਦਰ ਮੈਂ ਵੀ ਨਹੀਂ ਕਿਸੇ ਦੇ ਮੁੰਡੇ ਦੀ ਕਰ ਸਕਦੀ। ਭੁੱਖੇ ਹੀ ਜਾਣਾ ਪਊਗਾ। ਲੈ ਆ, ਕਿੱਥੇ ਆ ਕੇ ਬਹਿ ਗਿਆ ਕਾਲੂ ਜਿਹਾ? ਮੈਂ ਤਾਂ ਕਿਹਾ ਸੀ ਵੀ ਇਹਨੇ ਆਉਣਾ ਹੀ ਨਹੀਂ, ਇਹ ਤਾਂ ਆ ਗਿਆ। ਖਰੇ ਕੁਛ ਲੈ ਕੇ ਆਇਆ ਹੋਣਾ, ਕਿਹਨਾਂ ਦਾ ਖਰਚਾ ਕਰਾਊਗਾ? ਮੇਰੀ ਨਾ ਕਿਤੇ ਬਾਜੀ ਪਲਟੀ ਪੈ ਜਾਵੇ, ਜਾ ਕੇ ਬੁਲਾਉਂਦੀ ਇਹਨੂੰ, ਬੜਾ ਬੈਠਾ ਪ੍ਰਾਹੁਣਾ ਬਣ ਕੇ। ਲੋਕ ਤਾਂ ਭੈਣ ਦੇ ਘਰ ਦਾ ਪਾਣੀ ਨਹੀਂ ਪੀਂਦੇ, ਮੈਨੂੰ ਲੱਗਦਾ ਇਹਨੂੰ ਚਾਹ ਪਾਣੀ ਵੀ ਪਿਆ ਤਾ। ਕਿੱਦਾਂ ਪੁੱਤ? ਅਸੀਂ ਕਿਵੇਂ? ਅਸੀਂ ਸਤਿ ਸ਼੍ਰੀ ਅਕਾਲ ਰਾਜੀ ਰੇ, ਹੋਰ ਠੀਕ ਹੋਈ? ਹਾਂ ਠੀਕ ਹੈ। ਹੋਰ ਤੇਰਾ ਕੰਮ ਕਾਰ ਕਿੱਦਾਂ? ਹਾਂ ਜੀ ਵਧੀਆ ਚੱਲੀ ਜਾ ਰਿਹਾ ਜੀ ਕੰਮ ਕਰਦਾ ਜੀ। ਅੱਛਾ, ਆਈ ਗਿਆ ਫਿਰ ਟਾਈਮ ਕੱਢ ਕੇ ਭੈਣ ਕੋ ਰੱਖੜੀ ਬਣਾਉਣ? ਹੋਰ ਜੀ, ਮੈਂ ਕਿਹਾ ਚੱਲ ਪੁਰਾਣੇ ਹੋਰਾਂ ਕੋਲ ਤਾਂ ਟਾਈਮ ਹੈ ਨਹੀਂ ਸੀਗਾ, ਮੈਂ ਕਿਹਾ ਚੱਲ ਮੈਂ ਕੰਮ ਤੋਂ ਛੁੱਟੀ ਮਾਰ ਲੈਣਾ, ਮੈਂ ਆਈ ਜਾਂਦਾ। ਚੱਲ ਵਧੀਆ ਹੋਇਆ ਪੁੱਤ, ਭੈਣ ਭਰਾਵਾਂ ਦਾ ਇੱਦਾਂ ਹੀ ਪਿਆਰ ਹੋਣਾ ਚਾਹੀਦਾ ਹੈਂ। ਤੁਹਾਡੇ ਕਿਹੜਾ ਕੋਈ ਹੋਰ ਪੰਜ ਸੱਤ ਭੈਣ ਭਾਈ ਹੈ? ਤੁਸੀਂ ਦੋਨੇ ਹੀ ਆ, ਦੋਨਾਂ ਨੇ ਦੁੱਖ ਸੁੱਖ ਕਰਨਾ ਭੈਣ ਭਾਈ ਨੇ, ਤੁਹਾਡਾ ਕਿਹੜਾ ਮਾਂ ਪਿਓ ਆ ਪੁੱਤ? ਸਹੀ ਗੱਲ ਆ ਮਾਸੀ। ਹਾਂ ਹੋਰ ਠੀਕ ਹੈ? ਹਾਂ ਮਾਸੀ ਠੀਕ। ਚਾਹ ਪਾਣੀ ਪੀਤਾ? ਨਾ ਨਾ, ਉਹ ਆ ਰਹੇ ਨੇ ਮਨਪ੍ਰੀਤ ਹੋਰ ਅੰਦਰ ਗਏ ਨੇ ਮੁੰਡਾ ਦਾ। ਅੱਛਾ ਅੱਛਾ, ਮੈਂ ਵੀ ਡੰਗਰਾਂ ਦਾ ਪੁੱਤ ਕਰਕੇ ਆਈ ਹਾਂ, ਭੈਣ ਤਾਂ ਤੇਰੀ ਹੱਥ ਨਹੀਂ ਲਾਉਂਦੀ, ਮੈਂ ਹੀ ਕਰਦੀ ਹੁੰਦੀ ਡੰਗਰਾਂ ਦਾ ਕੰਮ ਧੰਦਾ ਸਾਰਾ। ਲੱਗਦਾ ਤਾਂ ਐਵੇਂ ਮਾਸੀ ਜਿਵੇਂ ਸਾਰਾ ਕੰਮ ਉਹੀ ਕਰਦੀ ਹੋਵੇ, ਤਾਂ ਜਮੀ ਸੁੱਕ ਗਈ। ਘਰ ਦੀਆਂ ਚਾਰ ਰੋਟੀਆਂ ਰਾੜ ਲੈਂਦੀ ਆ ਬਸ, ਹੋਰ ਤਾਂ ਉਹਨੇ ਕੀ ਕਰਨਾ? ਆ ਕੰਮ ਤਾਂ ਡੰਗਰਾਂ ਦਾ ਹੁੰਦਾ, 10 ਡੰਗਰ ਰੱਖੇ ਹੋਏ ਨੇ, ਸਾਰਿਆਂ ਦਾ ਗੋਹਾ ਕੂੜਾ ਕਰਨਾ, ਪਾਣੀ ਧਾਣੀ ਸੰਨੀ ਸਭ ਕੁਛ ਮੈਨੂੰ ਕਰਨਾ ਪੈਂਦਾ। ਲੈ ਆ ਗਈ ਤੇਰੀ ਭੈਣ ਵੀ। ਨਾ ਮੇਰੀ ਗੱਲ ਸੁਣ, ਆ ਬੜੀ ਹੁੱਬਦੀ ਫਿਰਦੀ ਸੀ ਭਾਈ ਨੇ ਆਉਣਾ ਭਾਈ ਨੇ ਆਉਣਾ, ਆ ਤਾਂ ਬੂਥਾ ਚੱਕ ਕੇ ਖਾਲੀ ਹੱਥ ਆ ਗਿਆ। ਕਹਿੰਦੀ ਸੀ ਮੇਰੇ ਭਾਈ ਨੇ ਆਹ ਲੈ ਕੇ ਆਉਣਾ, ਉਹ ਲੈ ਕੇ ਆਉਣਾ, ਰੱਖੜੀ ਬਣਾਉਣਾ ਆਊਗਾ, ਨਾ ਸ਼ਰਮ ਨਹੀਂ ਆਈ ਇਹਨੂੰ ਖਾਲੀ ਹੱਥ ਆਉਂਦੇ ਨੂੰ? ਮੇਰੇ ਭਾਈ ਦਾ ਫਰਜ਼ ਸੀ, ਉਹਨੇ ਸਿਰਫ ਮੈਨੂੰ ਵਿਆਹ ਤੇ ਦੇ ਕੇ ਤੋਰਨਾ ਸੀ, ਜੋ ਕੁਛ ਵੀ ਦੇ ਕੇ ਤੋਰਨਾ ਸੀ, ਹੁਣ ਵਾਰ ਵਾਰ ਤਾਂ ਉਹਨਾਂ ਨੂੰ ਵੀ ਠੇਕਾ ਨਹੀਂ ਲਿਆ ਵੀ ਉਹ ਤੁਹਾਡਾ ਹੀ ਮੂੰਹ ਭਰੀ ਜਾਣ। ਨਾ ਆਪਣੀ ਭੈਣ ਵਾਸਤੇ ਤਾਂ ਲਿਆ ਸਕਦੇ ਆ, ਅਸੀਂ ਕਿਹੜਾ ਮੰਗਦੇ ਹਾਂ ਕੁਛ, ਸਾਡੇ ਵਾਸਤੇ ਤਾਂ ਚੱਜ ਦਾ ਸੂਟ ਵੀ ਨਹੀਂ ਸੀ ਵਿਆਹ ਨੂੰ ਲਾਇਆ, ਤੇ ਨਾਲੇ ਮੇਰੀ ਗੱਲ ਸੁਣ ਲੈ, ਇਹਨੂੰ ਚਾਹ ਪਿਆ ਕੇ ਤੋਰ ਦੇ,
ਕੋਈ ਲੋੜ ਨਹੀਂ ਹੈਗੀ ਰੋਟੀਆਂ ਰੋਟੀਆਂ ਤੇ ਖਰਚਾ ਕਰਨ ਦੀ ਆਪਣੇ ਭਾਈ ਦੇ, ਕੱਲਾ ਹੈਗਾ ਆਪੇ ਹੋਟਲ ਹੋਟਲ ਤੇ ਖਾ ਲਊਗਾ। ਆਪਦੀ ਢਿੱਡੋ ਜੰਮੀ ਹੁੰਦੀ ਨਾ ਤੇ ਉਹਦੇ ਕੋਲੇ ਥੋੜਾ ਮੁੰਡਾ ਜਾਂਦਾ, ਆਏ ਹੁੰਦਾ ਤੇ ਪਤਾ ਲੱਗ ਜਾਂਦਾ ਤੁਹਾਨੂੰ ਵੀ ਅਸਲੀ ਦੁੱਖ ਹੁੰਦਾ ਕੀ ਆ ਭੈਣ ਭਾਈਆਂ ਦਾ। ਫਾਲਤੂ ਬਕਵਾਸ ਨਾ ਕਰ, ਆਈ ਵੱਡੀ ਮੇਰੇ ਨਾਲ ਬਕਵਾਸ ਕਰਨ ਵਾਲੀ, ਆਇਆ ਭਾਈ ਲਫਾਫੇ ਚ, ਖੋਰੇ ਕੀ ਲੈ ਕੇ ਆਇਆ ਕੀ ਨਹੀਂ, ਲਫਾਫਾ ਵੀ ਉਹੀ ਖੜਕਦਾ ਸੀ। ਇੰਨੇ ਟਾਈਮ ਬਾਅਦ ਮੇਰਾ ਭਰਾ ਇਸ ਘਰੇ ਆਇਆ ਮੈਨੂੰ ਮਿਲਣ ਵਾਸਤੇ, ਤਾਂ ਵੀ ਪਤਾ ਨਹੀਂ ਕਿਉਂ ਮੰਮੀ ਦੀ ਜ਼ੁਬਾਨ ਤੇ ਲਗਾਮ ਨਹੀਂ ਰਹਿੰਦੀ। ਨਚਾਇਆ ਜੀ ਮੇਰੇ ਭਰਾ ਨੂੰ ਬਿਨ ਫਾਲਤੂ ਦੀਆਂ ਗੱਲਾਂ ਸੁਣਾਈ ਜਾਂਦੇ ਆ, ਵੀ ਜੇ ਅਸੀਂ ਗਰੀਬ ਘਰ ਦੇ ਜੰਮੇ ਆ ਤਾਂ ਇਹਦੇ 'ਚ ਸਾਡਾ ਕੀ ਕਸੂਰ ਆ, ਜੇ ਤੁਸੀਂ ਅਮੀਰ ਹੋ ਤਾਂ ਇਹਦਾ ਸਾਨੂੰ ਕੀ ਭਾਏ। ਚੱਲ ਰੱਖੜੀ ਬੰਨਣ ਨਹੀਂ ਜਾਣ ਦੇਣਾ ਸੀ, ਮੈਂ ਤਾਂ ਵੀ ਇਹ ਗੱਲ ਜਾ ਰਹੀ, ਤੇ ਕਮ ਸੇ ਕਮ ਮੇਰਾ ਭਰਾ ਮੇਰੇ ਘਰੇ ਆਇਆ ਮੈਨੂੰ ਮਿਲਣ ਵਾਸਤੇ, ਮੇਰੇ ਤੋਂ ਰੱਖੜੀ ਬਣਵਾਉਣ ਵਾਸਤੇ, ਤਾਂ ਹੁਣ ਤਾਂ ਨਾ ਆਏ ਬੋਲਣ। ਕੀ ਹੋ ਗਿਆ ਮੈਨੂੰ? ਓਹੋ ਵੀਰੇ ਰਸੋਈ 'ਚ ਤਾਂ ਗਰਮੀ ਵਾਲੀ ਆ, ਮੈਂ ਤਾਂ ਤੇਰੇ ਵਾਸਤੇ ਚਾਹ ਪਾਉਣ ਆਈ ਸੀ, ਤੂੰ ਬੈਠ ਨਾ ਪੱਖੇ ਥੱਲੇ, ਮੈਂ ਤੈਨੂੰ ਪਹਿਲਾਂ ਵੀ ਬਿਠਾ ਕੇ ਆਈ ਹਾਂ। ਉਹ ਵਾਲੀ ਸਿਆਣੀ ਰਮਨ, ਪਾਈਆਂ ਮੈਂ ਵੀ ਤੇਰੇ, ਠੀਕ ਆ ਆਹ ਸੁਣ ਲਿਆ ਸੀ ਤੇਰੀ ਸੱਸ ਨੇ ਸਾਰੀਆਂ ਗੱਲਾਂ ਕਹਿੰਦੇ ਹੋਏ, ਤੂੰ ਛੱਡ ਮੈਨੂੰ ਚਾਹ ਵੀ ਨਾ ਪਿਆ ਪਾਣੀ ਵੀ ਨਾ ਪਿਆ, ਠੀਕ ਆ ਤੂੰ ਮੇਰੀ ਰੱਖੜੀ ਬੰਨ, ਮੈਂ ਜਾਮ ਆਪਦਾ ਕੰਮ ਕਰ ਦੇਖਾਂ। ਵੀਰੇ ਤੂੰ ਆਪਦੇ ਭੈਣ ਦੇ ਘਰੇ ਆਇਆ ਮੈਨੂੰ ਵਿਆਹ ਕੇ ਤੋਰਿਆ ਇਸ ਘਰ 'ਚ, ਮੇਰਾ ਵੀ ਇਸ ਘਰ 'ਤੇ ਕੋਈ ਹੱਕ ਆ, ਮੈਂ ਕੋਈ ਉਈ ਤੋੜੀ ਫਿਰਦੀ ਸੀ ਵੀ ਜਿਹੜੀ ਇਹਨਾਂ ਦੇ ਘਰੇ ਆਪ ਚੱਲ ਕੇ ਆ ਗਈ, ਤੂੰ ਬੈਠ ਮੈਂ ਤੇਰੇ ਲਈ ਲੈ ਕੇ ਆਉਂਦੀ ਹਾਂ ਚਾਹ। ਚੱਲ ਆ ਜਾ ਜਲਦੀ ਕਰੀ ਫਿਰ ਮੈਨੇ ਜਾਣਾ, ਠੀਕ ਆ। ਕੋਈ ਗੱਲ ਨਹੀਂ ਨਾ, ਮੇਰੀ ਗੱਲ ਸੁਣ, ਕਦੋਂ ਦੀ ਚਾਹ ਧਰੀ ਹੋਈ ਆ, ਮੁੰਡੇ ਨੂੰ ਚਾਹ ਪਿਆ ਕੇ ਤੋਰ ਦੇ, ਉਹਨੇ ਕੋਲ ਹੋਰ ਵੀ ਕੰਮ ਕਾਰ ਕਰਦੇ ਨੇ, ਹੈ ਕੀ ਕਰੀ ਜਾਂਦੀ ਆ ਤੂੰ? ਕੁਛ ਨਹੀਂ ਬਸ ਮੈਂ ਤਾਂ ਚਾਹ ਹੀ ਲੈਣ ਆਈ ਸੀ। ਨਾ ਮੇਰੀ ਗੱਲ ਸੁਣ, ਮੁੰਡੇ ਦੇ ਰੱਖੜੀ ਬੰਨ, ਚਾਹ ਪਿਆ ਮੁੰਡੇ ਨੂੰ ਤੋਰ ਦੇ, ਉਹਨੇ ਕੋਲ ਹੋਰ ਵੀ ਕੰਮ ਕਰਨੇ ਨੇ, ਉਹ ਕੀ ਤੇਰੇ ਵਰਗਾ ਵਿਹਲਾ? ਕੋਈ ਗੱਲ ਨਹੀਂ ਮੰਮੀ, ਹਜੇ ਤਾਂ ਉਹ ਆ ਕੇ ਸੱਜੇ ਨਾਲ ਬੈਠਿਆ ਵੀ ਨਹੀਂ, ਤੁਹਾਨੂੰ ਭੇਜਣ ਦੀ ਵੀ ਕਾਹਲੀ ਹੋਊਗੀ। ਮੇਰਾ ਭਰਾ ਮੈਨੂੰ ਮਿਲਣ ਆਇਆ ਨਾ, ਜਦੋਂ ਮੇਰਾ ਜੀ ਕਰੂਗਾ ਮੈਂ ਇਹਨੂੰ ਭੇਜ ਦੂੰਗੀ। ਵੀਰੇ ਤੂੰ ਚੱਲ ਉੱਥੇ ਬੈਠ। ਹੋਰ ਪੁੱਤ ਚੱਲ ਆ ਜਾ, ਆਪਾਂ ਬੈਠ ਕੇ ਗੱਲਾਂ ਬਾਤਾਂ ਕਰਦੇ ਹਾਂ, ਆ ਜਾ ਆ ਜਾ। ਕੁੜੇ ਮਨਪ੍ਰੀਤ ਬੰਦੇ ਰੱਖੜੀ ਹੋਣਾ, ਮੁੰਡੇ ਨੇ ਚਾਹ ਵੀ ਪੀ ਲਈ। ਲੈ ਵੀਰੇ ਲਿਆ, ਘੁੱਟ ਕਰ ਆਪਦਾ। ਲੈ ਮੇਰਾ ਵੀਰ ਹਰ ਸਾਲ ਮੇਰੇ ਤੋਂ ਐਵੇਂ ਰੱਖੜੀ ਬਣਾਉਂਦਾ ਰਵੇ, ਰੱਬ ਤੈਨੂੰ ਲੰਮੀ ਉਮਰ ਦੇਵੇ ਤੇ ਤੰਦਰੁਸਤੀਆਂ ਬਖਸ਼ੇ, ਤੂੰ ਐਵੇਂ ਕਮਾਉਂਦਾ ਰਵੇ, ਜੁਗ ਜੁਗ ਜੀਵੇ ਮੇਰਾ ਵੀਰਾ। ਲੈ ਵੀਰੇ ਦੇਖੀ ਇਸ ਵਾਰੀ ਮੈਨੂੰ ਮਾਫ ਕਰ ਦੀ, ਤੇਰੀ ਪਸੰਦ ਦੀ ਨਾ ਮੈਂ ਬਰਫੀ ਨਹੀਂ ਮੰਗਵਾ ਸਕੀ, ਇਹ ਮੈਨੂੰ ਕਹਿੰਦੇ ਸੀਗੇ ਵੀ ਮੇਰੇ ਕੋਲ ਟਾਈਮ ਨਹੀਂ ਹੈਗਾ, ਫਿਰ ਆ ਪਿਆ ਸੀ ਘਰੇ, ਮੈਂ ਤਾਂ ਇਹੀ ਲੈ ਆਂਦਾ। ਉਹ ਕੋਈ ਨਹੀਂ ਬਣੇ, ਤੂੰ ਤਾਂ ਜਿਹੇ ਕੱਚਾ ਧਾਗਾ ਮੰਨਦਾ ਨਹੀਂ, ਉਹ ਵੀ ਮੇਰੇ ਲਈ ਕਾਫੀ ਸੀਗਾ। ਹੋਰ ਪੁੱਤ ਮੈਂ ਵੀ ਇਹੀ ਕਿਹਾ, ਭੈਣਾਂ ਭਰਾਵਾਂ ਵਿੱਚ ਆਪਸੀ ਪਿਆਰ ਹੋਣਾ ਚਾਹੀਦਾ, ਤੂੰ ਕੱਚਾ ਧਾਗਾ ਬੰਨਦੇ ਗੁੜਨਾ ਮੂੰਹ ਮਿੱਠਾ ਕਰਾ ਦੇ, ਬਸ ਇਹੀ ਬਹੁਤ ਹੈ, ਲੈਣ ਦੇਣ ਦਾ ਤਾਂ ਚੱਲ ਨਹੀਂ। ਭੈਣਾਂ ਨੂੰ ਕਿਹੜਾ ਭਾਈ ਖਾਲੀ ਹੱਥ ਭੇਜਦੇ ਆ ਜਾਂ ਦੇ ਕੇ ਜਾਂਦੇ ਆ। ਨਹੀਂ ਵੀਰੇ ਤੂੰ ਇਹ ਰੱਖ। ਉਹ ਕੋਈ ਨਹੀਂ ਤੂੰ ਰੱਖ ਲੈ, ਮੈਂ ਕਿਹੜਾ ਰੋਜ਼ ਰੋਜ਼ ਆਉਣਾ, ਨਾਲੇ ਅੱਗੇ ਤੈਨੂੰ ਕਿੰਨੇ ਕੁ ਪੈਸੇ ਦੇਤੇ ਮੈਂ, ਰੱਖ ਲਾ। ਚੱਲ ਆ ਖਾ ਲਾ। ਉਹ ਖਾ ਲਾ ਤੂੰ, ਆ ਮਾਸੀ ਨੂੰ ਦੇ ਦੇ, ਖਾ ਲਓ ਮਾਸੀ। ਕੋਈ ਨਹੀਂ ਤੁਸੀਂ ਖਾ ਲਓ ਦੋਨੇ ਭੈਣ ਭਰਾ ਮਿੱਠਾ, ਮੈਂ ਘੱਟ ਹੀ ਖਾਂਦੀ ਹਾਂ।
ਕਿਤੇ ਸ਼ੂਗਰ ਨਾ ਹੋ ਜਾਵੇ। ਕੋਈ ਨਹੀਂ, ਚੱਲ ਠੀਕ ਮੈਂ ਜਾਂਦਾ। ਨਹੀਂ ਨਹੀਂ ਤੂੰ ਬੈਠ, ਮੈਂ ਰੋਟੀ ਕਰਦੀ ਹਾਂ, ਬਣਾਉਂਦੀ ਹਾਂ, ਬਸ ਖਾ ਕੇ ਜਾਈ। ਉਹ ਬਸ ਰੋਟੀ ਤਾਂ ਮੈਨੂੰ ਭੁੱਖ ਨਹੀਂ ਜੀ। ਚੱਲ ਮੈਂ ਜਾਂਦਾ। ਤਿਆਰ ਕੀ ਆਪਣਾ ਕੰਮ ਹੋਣਾ ਵਿਚਾਰੇ ਨੂੰ, ਕੋਈ ਕੰਮ ਕਾਰ ਵਾਲਾ ਬੰਦਾ ਕਿੱਥੇ ਰਿਸ਼ਤੇਦਾਰੀ ਵਿੱਚ ਟਿਕਦਾ, ਇਹ ਤਾਂ ਘੜੀ ਘੰਟਾ। ਚੰਗਾ ਬਸ, ਚੰਗਾ ਘੜੀ ਘੰਟਾ ਰਹਿ ਗਿਆ ਵਿਚਾਰਾ, ਬਹੁਤ ਹੈ। ਚੱਲ ਠੀਕ ਹੈ ਕੁੜੀਏ, ਕਰਿਆ ਵਾਰ ਤੱਕ। ਤਿਆਰ ਕੀ ਆਪਣਾ ਵੀਰੇ? ਚੱਲ ਕੋਈ ਨਹੀਂ, ਆ ਜਾ ਤੈਨੂੰ ਬਾਹਰ ਤੱਕ ਹੀ ਛੱਡ ਕੇ ਆਉਂਦੀ ਹਾਂ। ਚੱਲ। ਕੀ ਵੀਰੇ, ਕਦੋਂ ਆਇਆ ਤੇ ਕਦੋਂ ਭੱਜ ਵੀ ਚੱਲਿਆ? ਉਹ ਤੈਨੂੰ ਪਤਾ ਤਾਂ ਹੈਗਾ ਮੇਰੇ ਕੰਮ ਦਾ, ਨਾਲ ਦੀ ਨਾਲ ਪਿੱਛੇ ਫੋਨ ਕਰ ਦਿੰਦੇ ਨੇ। ਮੇਰੀ ਗੱਲ ਸੁਣ ਬਾਈ, ਜੋ ਕੁਛ ਵੀ ਮੰਮੀ ਨੇ ਕਿਹਾ ਨਾ, ਉਹਦੀਆਂ ਗੱਲਾਂ ਦਾ ਗੁੱਸਾ ਨਾ ਕਰੀ, ਉਹਦਾ ਤਾਂ ਸੁਭਾਅ ਹੀ ਇਹੋ ਜਿਹਾ। ਉਹ ਤੂੰ ਪਾਗਲ ਆ, ਮੈਂ ਕਿਆ ਗੁੱਸਾ ਕਰੂੰਗਾ, ਨਾਲੇ ਮੈਂ ਤਾਂ ਐਂ ਕਹਿੰਦਾ ਗਾ ਇਹਦਾ ਜਿਵੇਂ ਦੇ ਹੈਗੇ ਨੇ ਹੈਗੇ ਨੇ, ਤੂੰ ਮੜਾ ਯਾਰ ਹੈ, ਇਹੀ ਸਭ ਕੁਝ ਨੇ ਹੁਣ ਤੇਰਾ, ਹੁਣ ਮੈਂ ਵੀ ਤੇਰਾ ਕਿੰਨਾ ਕੁ ਧਿਆਨ ਰੱਖ ਲੂੰਗਾ, ਆਪਣੇ ਕਿਹੜਾ ਮੰਮੀ ਡੈਡੀ ਆ ਵੀ ਉਹ ਆਉਂਦੇ ਜਾਂਦੇ ਰਹਿਣਗੇ, ਮੇਰਾ ਜਦੋਂ ਟਾਈਮ ਲੱਗਦਾ ਮੈਂ ਉਹ ਆ ਜਾਣਾ, ਤੂੰ ਆਪਦੀ ਸੱਸ ਨਾਲ ਬਣਾ ਕੇ ਰੱਖਿਆ ਕਰ। ਕੋਈ ਗੱਲ ਨਹੀਂ, ਇਹ ਚਾਰ ਬੋਲਦੀ ਆ, ਤੂੰ ਸੋਚ ਲਿਆ ਕਰ ਵੀ ਆਪਣੀ ਮੰਮੀ ਹੀ ਬੋਲਦੀ ਆ। ਕੋਈ ਗੱਲ ਨਹੀਂ ਵੀਰੇ, ਤੂੰ ਜਮਾਂ ਹੀ ਫਿਕਰ ਨਾ ਕਰ, ਮੈਂ ਤਾਂ ਪਹਿਲਾਂ ਹੀ ਬਹੁਤ ਸੋਚ ਸਮਝ ਕੇ ਚੱਲਦੀ ਹਾਂ, ਮੈਨੂੰ ਤਾਂ ਪਹਿਲਾਂ ਹੀ ਇਹ ਫਿਕਰ ਖਾਈ ਜਾਂਦੀ ਰਹਿੰਦੀ ਆ ਵੀ ਮੇਰੇ ਸਿਰ 'ਤੇ ਪਿਓ ਤਾਂ ਹੈ ਨਹੀਂ, ਜੇ ਕਿਤੇ ਭੁੱਲ ਚੁੱਕ ਨਾਲ ਮੈਂ ਇਹਨਾਂ ਦੇ ਅੱਗੇ ਵੀ ਬੋਲ ਪਈ ਨਾ, ਤਾਂ ਇਹ ਨਹੀਂ ਪਤਾ ਇਹ ਤਾਂ ਪੰਚਾਇਤ 'ਚ ਬਿਠਾ ਦੇਣ ਤੈਨੂੰ, ਅਤੇ ਮੈਂ ਇਹ ਨਹੀਂ ਚਾਹੁੰਦੀ ਵੀ ਮੇਰਾ ਵੀਰਾ ਕਦੇ ਵੀ ਮੇਰੇ ਕਰਕੇ ਪੰਚਾਇਤ 'ਚ ਬੈਠੇ ਜਾਂ ਉਹਦੀ ਨੀਵੀਂ ਪਵੇ। ਉਹ ਭੈਣੇ, ਮੈਨੂੰ ਮੇਰੀ ਭੈਣ 'ਤੇ ਇੰਨਾ ਕੁ ਮਾਣ ਤਾਂ ਹੈਗਾ, ਉਹ ਮੇਰਾ ਕਦੇ ਸਿਰ ਨਹੀਂ ਚੁੱਕਣ ਦਿੰਦੀ। ਚੱਲ ਠੀਕ ਆ, ਫਿਕਰ ਨਾ ਕਰੀ ਤੂੰ, ਮੈਂ ਫਿਰ ਆਊਂਗਾ, ਚੰਗਾ ਗੇੜਾ ਮਾਰ ਜੂੰਗਾ। ਚੰਗਾ ਚੰਗਾ, ਬਾਏ ਬਾਏ। ਇਹ ਵੀ ਨਹੀਂ ਸੋਚਦੇ ਵੀ ਜਿਹੜੇ ਭਾਈ ਨੇ ਆਪਦੀ ਭੈਣ ਤੁਹਾਡੇ ਲੜ ਲਾ ਕੇ ਤੋਰਤੀ, ਵੀ ਉਹ ਭਾਈ ਅੱਜ ਇੰਨਾ ਹੀ ਮਾੜਾ ਹੋ ਗਿਆ, ਫਿਰ ਕੀ ਹੋ ਗਿਆ ਜੇ ਨਹੀਂ ਬਰਫੀ ਲਿਆ ਕੇ ਦਿੱਤੀ, ਫਿਰ ਮੇਰਾ ਭਾਈ ਕਿਹੜਾ ਵਿਚਾਰਾ ਰੱਖੜੀ ਨਹੀਂ ਬਣਾ ਸਕਿਆ ਮੇਰੇ ਤੋਂ, ਰੱਖੜੀ ਵੀ ਮੈਂ ਬੰਨੀ, ਉਹਦਾ ਮੂੰਹ ਵੀ ਮਿੱਠਾ ਕਰਾਇਆ, ਜੋ ਕੁਛ ਵੀ ਮੇਰੇ ਤੋਂ ਸਰਦਾ ਸੀ ਮੈਂ ਤਾਂ ਆਪਦੇ ਵੱਲੋਂ ਹੀ ਕਰਤਾ। ਕੋਈ ਗੱਲ ਨਹੀਂ, ਇਹ ਖੁਸ਼ ਹੋ ਜਾਣ, ਸਾਡਾ ਤਾਂ ਕੀ ਹੈ ਭੈਣ ਭਾਈਆਂ ਦਾ, ਅਸ ਤਾਂ ਸ਼ੁਰੂ ਤੋਂ ਹੀ ਆਈ ਰਹਿੰਦੇ ਆਏ ਹਾਂ ਗਰੀਬੀ 'ਚ, ਹੁਣ ਵੀ ਕੱਟੀ ਹੋ ਜਾਂਦੀ। ਕਿਉਂ ਬਣਾ ਗਿਆ ਭਾਈ ਰੱਖੜੀ, ਹੈ ਫਿਰ ਕੀ ਰੋਕੜੇ ਦੇ ਗਿਆ, 100 ਰੁਪਈਆ ਦੇ ਕੇ ਗਿਆ, ਨਾ ਸ਼ਰਮ ਨਹੀਂ ਆਈ, ਲਿਫਾਫਾ ਜਿਹਾ ਚੱਕ ਕੇ ਆ ਗਿਆ, ਕਿਹੜੇ ਸੂਟਾ 'ਚ ਸੂਟ ਸੀ, ਨਾ ਬੂਥਾ ਚੱਜਦਾ ਨਾ ਆਪ ਚੱਜਦਾ। ਮੰਮੀ ਜ਼ਬਾਨ ਸੰਭਾਲ ਕੇ ਬੋਲੋ, ਮੇਰੇ ਭਾਈ ਦਾ 100 ਰੁਪਈਆ ਵੀ ਨਾ ਮੇਰੇ ਲਈ ਲੱਖਾਂ ਬਰਾਬਰ ਆ, ਮੇਰੇ ਲਈ ਇੰਨਾ ਹੀ ਬਹੁਤ ਹੈ ਵੀ ਮੇਰਾ ਭਾਈ ਮੇਰੇ ਇੱਕ ਬੋਲ 'ਤੇ ਆ ਕੇ ਖੜਤਾ ਗਿਆ ਨਾ। ਓਹੋ, ਕਿੰਨੀ ਗਲਤ ਫਹਿਮੀ ਪਾਲੀ ਬੈਠੀ ਆ, 100 ਰੁਪਈਆ ਲੱਖਾਂ ਦੇ ਨਾਲ ਦਾ ਆ, ਲੱਖ ਤਾਂ ਨਹੀਂ ਸੀ ਲੱਖਾਂ ਦੇ ਨਾਲ ਦਾ ਹੀ ਆ, ਇਹ ਭਰਮ ਭੁਲੇਖੇ ਨਾ ਆਪਣੇ ਮਨ 'ਚੋਂ ਕੱਢ ਦੇ। ਜਦੋਂ ਇੱਕ ਭਾਈ ਆਪਣੀ ਭੈਣ ਤੋਂ ਰੱਖੜੀ ਬਣਾਉਣ ਆਉਂਦਾ ਜਾਂ ਭੈਣ ਰੱਖੜੀ ਬੰਨਣ ਜਾਂਦੀ ਆ, ਹਰ ਇੱਕ ਭਾਈ ਦਾ ਫਰਜ਼ ਬਣਦਾ ਹੁੰਦਾ ਕਿ ਉਹ ਆਪਣਾ ਨੱਕ ਹਿਆਂ ਰੱਖੇ, ਪਰ ਤੇਰੇ ਭਾਈ ਕੰਜਰ ਨੂੰ ਤਾਂ ਇਹ ਵੀ ਨਹੀਂ ਰੱਖਣਾ ਆਇਆ ਵੀ ਆਪਣੀ ਭੈਣ ਨੂੰ 5-7 ਹਜ਼ਾਰ ਰੁਪਈਆ ਹੀ ਦੇ ਜਾਵਾਂ। ਸ਼ਰਮ ਤਾਂ ਨਾ ਭੈਣ ਨੂੰ ਆ ਨਾ ਭਾਈ ਨੂੰ ਆ। ਫਿਰ ਕੀ ਹੋਇਆ ਜੇ ਮੇਰਾ ਭਾਈ 5-7 ਹਜ਼ਾਰ ਨਹੀਂ ਦੇ ਕੇ ਗਿਆ, ਸਗੋਂ ਮੈਂ ਸ਼ੁਕਰ ਮਨਾਉਂਦੀ ਹਾਂ, ਅਤੇ ਜੇ ਉਹ ਦੇ ਵੀ ਜਾਂਦਾ ਨਾ ਤਾਂ ਉਹ ਤੁਹਾਡੇ ਬੱਬਰਾਂ 'ਚ ਹੀ ਪੈਣਾ ਸੀ, ਅਤੇ ਮੈਂ ਚਾਹੁੰਦੀ ਵੀ ਨਹੀਂ ਵੀ ਤੁਸੀਂ ਮੇਰੇ ਭਾਈ ਦੇ ਪੈਸੇ ਖਾ ਸਕੋ। ਅਤੇ ਦੂਜੀ ਗੱਲ ਮੰਮੀ ਜੀ, ਜਦੋਂ ਤੁਸੀਂ ਰੱਖੜੀ ਬੰਨਣ ਜਾਂਦੇ ਹੋ ਆਪਦੇ ਭਰਾਵਾਂ ਦੇ, ਮੈਂ ਸੋਚਾਂ ਵੀ ਗੇਟ ਤੋਂ ਜਦੋਂ ਅੰਦਰ ਵੜਦੇ ਹੋ ਨੋਟ ਕਾਹਤੋਂ ਥੱਲੇ ਡਿੱਗਦੇ ਆਉਂਦੇ ਰਹਿੰਦੇ ਆ, ਤੁਹਾਡਾ ਬੜਾ ਪਰਸ ਭਰਿਆ ਹੁੰਦਾ ਉਦੋਂ। ਨਹੀਂ ਮੇਰੇ ਭਾਈਆਂ ਦੀ ਤੇਰਾ ਭਾਈ ਜਾਂ ਤੂੰ ਕੀ ਰੀਸ ਕਰ ਲੈਣਗੇ, ਉਹ ਤਾਂ ਸਿੱਧਾ ਖਾਤੇ 'ਚ ਪਾਉਂਦੇ ਨੇ,
ਕਦੀ 51,000, ਕਦੀ 31,000, ਕਦੀ 41,000। ਖਾਤਿਆਂ 'ਚ ਤਾਂ ਮੰਮੀ ਚਾਹੇ ਕਰੋੜਾਂ ਦੇ ਕਰੋੜ ਪਏ ਹੋਣ, ਉਹ ਤਾਂ ਕੋਈ ਨਹੀਂ ਦੇਖਦਾ ਨਾ। ਦੇਖਣਾ ਤਾਂ ਲੋਕਾਂ ਨੇ ਸਾਹਮਣੇ ਹੁੰਦਾ ਵੀ ਕੀ ਦਿੱਤਾ ਕੀ ਨਹੀਂ। ਮੇਰੇ ਭਾਈ ਤੋਂ ਜਿੰਨਾ ਸਰਦਾ ਪੁੱਗਦਾ ਸੀ ਉਹ ਮੈਨੂੰ ਦੇ ਗਿਆ, ਚਾਹੇ ਉਹਦੇ ਕੋਲ 100 ਸੀ ਚਾਹੇ 10 ਸੀ, ਪਰ ਦੇ ਕੇ ਤਾਂ ਸਭ ਦੇ ਸਾਹਮਣੇ ਹੀ ਗਿਆ ਨਾ ਮੈਨੂੰ ਪੈਸੇ। ਅਤੇ ਦੂਜੀ ਗੱਲ, ਮੈਂ ਤਾਂ ਹਮੇਸ਼ਾ ਰੱਬ ਅੱਗੇ ਇਹੀ ਅਰਦਾਸ ਕਰਦੀ ਹੁੰਦੀ ਹਾਂ ਵੀ ਰੱਬਾ ਮੇਰੇ ਭਰਾ ਨੂੰ ਤੰਦਰੁਸਤੀ ਬਖਸ਼ੀ, ਉਹਦੀ ਉਮਰ ਲੰਮੀ ਕਰੀ, ਹੋਰ ਮੈਨੂੰ ਕੁਛ ਨਹੀਂ ਚਾਹੀਦਾ। ਹੈਲੋ, ਕੀ ਹੋ ਗਿਆ ਤੇਰੇ ਭਾਈ ਦਾ? ਜਾਂਦੇ ਦਾ ਐਕਸੀਡੈਂਟ ਤਾਂ ਨਹੀਂ ਹੋ ਗਿਆ? ਹਾਂ, ਮੇਰਾ ਮਤਲਬ ਮਰ ਮੁਰ ਤਾਂ ਨਹੀਂ ਗਿਆ ਤੇਰਾ ਭਾਈ? ਮੰਮੀ, ਮੇਰੇ ਭਾਈ ਦੜੀ ਬਿੱਲੇ ਦਾ ਐਕਸੀਡੈਂਟ ਹੋਇਆ। ਬਿੱਲੇ ਦਾ? ਮੇਰਾ ਬਿੱਲਾ? ਮੇਰਾ ਬਿੱਲਾ ਕਿੱਥੇ ਆ? ਮੈਨੂੰ ਲੈ ਚੱਲੋ, ਮੈਨੂੰ ਲੈ ਚੱਲੋ, ਮੇਰੇ ਬਿੱਲੇ ਦਾ। ਭਾਈ, ਤੇਰੇ ਬਿੱਲੇ ਦਾ ਐਕਸੀਡੈਂਟ ਹੋ ਗਿਆ। ਮਾਂ, ਮੈਨੂੰ ਪਤਾ ਪਤ ਫੋਨ ਆ ਗਿਆ। ਭਾਈ, ਬਿੱਲੇ ਨੂੰ ਫੋਨ ਦੀ ਜ਼ਰੂਰਤ ਆ। ਜੇ ਕੋਈ ਤੁਹਾਡਾ ਰਿਸ਼ਤੇਦਾਰ ਹੈਗਾ ਨਾ, ਉਹਨੂੰ ਫੋਨ ਫੋਨ ਕਰਕੇ ਉੱਥੇ ਬੁਲਾ ਲਓ। ਹਾਏ, ਕਿਹਨੂੰ ਬੁਲਾਈਏ? ਮੇਰਾ ਬਿੱਲਾ, ਮੈਨੂੰ ਬਿੱਲੇ ਕੋਲ ਨੂੰ ਲੈ ਚੱਲੋ। ਹਾਏ ਮੇਰਾ ਬਿੱਲਾ। ਹੈਲੋ, ਕੱਟ ਜਾਦੇ ਤਾਂ ਨਹੀਂ ਵੀਰੇ? ਕਿੱਥੇ ਸੀ ਤੂੰ ਵੀਰੇ? ਬਿੱਲੇ ਦਾ ਨਾ ਐਕਸੀਡੈਂਟ ਹੋ ਗਿਆ ਤੇ ਉਹ ਇੱਥੇ ਹੀ ਦਾਖਲ ਆ, ਹੁਣ ਬਲੱਡ ਦੀ ਲੋੜ ਆ, ਤੂੰ ਬਗ ਜਾ ਮੇਰਾ ਭਾਈ ਬਣ ਕੇ। ਹਾਂ ਵੀਰੇ, ਮੈਂ ਦੱਸਦੀ ਹਾਂ ਭਾਈ ਕਿਹੜੇ ਹਸਪਤਾਲ ਜਾ ਮਿਲਣਾ। ਭੈਣੇ, ਉਹ ਪਟਿਆਲੇ ਰਜਿੰਦਰਾ ਹਸਪਤਾਲ 'ਚ ਦਾਖਲ ਆ। ਵੀਰੇ, ਰਜਿੰਦਰਾ 'ਚ ਬਗ ਜਾ ਮੇਰਾ ਭਾਈ ਜਾਂਦੀ। ਚੱਲ ਭੈਣੇ, ਮੈਂ ਚੱਲਿਆ ਬਿੱਲੇ ਕੋਲ। ਤਾਈ, ਘਬਰਾ ਨਾ ਤੂੰ ਵੀ, ਨਾਲੇ ਜ਼ਿਆਦਾ ਹੁਣ ਉਹਦਾ ਉਹਦੇ ਬਿੱਲੇ ਦੇ ਸੱਟ ਜ਼ਿਆਦਾ ਲੱਗ ਗਈ ਤਾਂ ਖੂਨ ਨਿਕਲ ਗਿਆ, ਬਿੱਲੇ ਨੂੰ ਤਾਂ ਖੂਨ ਦੀ ਲੋੜ ਪਈ ਆ। ਹਾਏ, ਮੈਨੂੰ ਲੈ ਚੱਲੋ। ਹਾਏ ਮੇਰੇ ਬਿੱਲੇ, ਮੰਮੀ ਚੁੱਪ ਕਰੋ ਤੁਸੀਂ। ਮੇਰਾ ਬਿੱਲਾ ਠੀਕ ਹੈਗਾ? ਠੀਕ ਹੈ ਮੰਮੀ, ਉਹ ਉਹਨਾਂ ਨੂੰ ਕੁਛ ਨਹੀਂ ਹੋਇਆ, ਠੀਕ ਆ। ਮੇਰੀ ਟੈਲੀਫੋਨ ਤੇ ਗੱਲ ਕਰਾ ਦੋ। ਸ਼ੁਕਰ ਆ ਵਾਹਿਗੁਰੂ ਦਾ, ਮੇਰਾ ਪੁੱਤ ਬਚ ਗਿਆ, ਨਹੀਂ ਤਾਂ ਜੇ ਇਹਨੂੰ ਕੁਛ ਹੋ ਜਾਂਦਾ ਨਾ, ਮੇਰਾ ਕੁਛ ਨਹੀਂ ਸੀ ਰਹਿਣਾ। ਚੁੱਪ ਕਰਨਾ ਸੀ, ਠੀਕ ਤਾਂ ਹੈਗਾ ਹੁਣ ਬਿੱਲਾ, ਹੁਣ ਕਿਉਂ ਰੋ ਰਹੀਆਂ? ਬਿੱਲੇ ਠੀਕ ਆ ਪੁੱਤ? ਹਾਂ, ਨਹੀਂ ਫਰਕ ਆ। ਵੀਰੇ, ਮੇਰਾ ਯਾਦੀ ਵੀਰਾ ਉਹ ਨਹੀਂ ਆਇਆ? ਭੈਣੇ, ਡਾਕਟਰ ਨੇ ਇਹਨਾਂ ਨੂੰ ਰੈਸਟ ਕਰਨ ਲਈ ਕਿਹਾ ਸੀ, ਨਾਲੇ ਮੈਂ ਕਿਹਾ ਸੀ ਯਾਦੀ ਨੂੰ ਵੀ ਚੱਲ ਚੱਲੀਏ। ਜਾਦੀ ਕਹਿੰਦਾ ਮੈਂ ਸਿੱਧੀ ਪਿੰਡ ਨੂੰ ਜਾਊਂਗਾ। ਅੱਛਾ, ਉਹ ਠੀਕ ਸੀ ਨਾ ਮੇਰਾ ਬਾਈ? ਹਾਂ ਭੈਣੇ, ਠੀਕ ਤੀ ਹੂੰ ਜਾਦੀ। ਠੀਕ। ਮੰਮੀ, ਵੈਸੇ ਮੈਨੂੰ ਹੁਣ ਵੀ ਬੋਲਣਾ ਤਾਂ ਨਹੀਂ ਚਾਹੀਦਾ, ਪਰ ਇੱਕ ਅੱਕੀ ਹੋਈ ਭੈਣ ਨਾ, ਜਦੋਂ ਸਾਰਾ ਕੁਛ ਸਿਰ ਉੱਤੋਂ ਦੀ ਲੰਘ ਜੇ ਉਦੋਂ ਹੀ ਬੋਲਦੀ ਹੁੰਦੀ ਆ। ਮੰਮੀ, ਅਸੀਂ ਭੈਣ ਭਾਈ ਚਾਹੇ ਬੇਸ਼ੱਕ ਗਰੀਬ ਘਰੋਂ ਹਾਂ, ਤੁਸੀਂ ਇੰਨਾ ਕੁਛ ਬੋਲਦੇ ਰਹੇ, ਮੈਂ ਅੱਜ ਤੱਕ ਤੁਹਾਡੇ ਅੱਗੇ ਜਮ੍ਹਾਂ ਨਹੀਂ ਬੋਲੀ। ਪਤਾ ਕਿਉਂ? ਕਿਉਂਕਿ ਮੇਰੇ ਭਾਈ ਨੇ ਮੈਨੂੰ ਸਿਰਫ ਇਹੀ ਸਿਖਾਇਆ ਸੀ ਵੀ ਤੇਰਾ ਅਸਲੀ ਪਰਿਵਾਰ ਇਹੀ ਆ, ਤੂੰ ਇਹਨਾਂ ਅੱਗੇ ਕਦੇ ਵੀ ਨਹੀਂ ਬੋਲਣਾ ਅਤੇ ਨਾ ਕਦੇ ਮੇਰੀ ਨੀਵੀਂ ਪਵਾਉਣੀ ਆ। ਪਰ ਤੁਸੀਂ ਕੀ ਕੀਤਾ? ਜੇ ਵਿਚਾਰਾ ਰੱਖੜੀ ਬਣਾਉਣ ਆ ਹੀ ਗਿਆ ਸੀ
ਤਾਂ ਉਹਨੂੰ ਇਹੋ ਜਿਹੇ ਬੋਲ ਬੋਲੇ ਵੀ ਜਿੰਨਾ ਦਾ ਨਾ ਤਾਂ ਮੇਰੇ ਕੋਲ ਕੋਈ ਜਵਾਬ ਸੀ ਅਤੇ ਨਾ ਉਹ ਕੁਛ ਬੋਲ ਸਕਿਆ। ਚੱਲ ਬੋਲਿਆ ਤਾਂ ਭਾਵੇਂ ਉਹ ਨਹੀਂ, ਪਰ ਮੈਨੂੰ ਪਤਾ ਵੀ ਮੇਰਾ ਭਰਾ ਕਿੰਨਾ ਦਿਲੋਂ ਔਖਾ ਹੋ ਕੇ ਇਸ ਘਰ 'ਚੋਂ ਨਿਕਲਿਆ। ਇੱਕ ਗਰੀਬ ਚੱਲ ਜੇ ਨਹੀਂ ਬੋਲਦਾ ਨਾ ਤਾਂ ਉਹਦਾ ਜਵਾਬ ਸ਼ਾਇਦ ਰੱਬ ਦਿੰਦਾ। ਨਾਲੇ ਤੁਹਾਨੂੰ ਇਹ ਵੀ ਨਹੀਂ ਪਤਾ ਵੀ ਇੱਕ ਦੁਖੀ ਬੰਦੇ ਦੀ ਜਦੋਂ ਦੁਰਫੀਸ ਲੱਗਦੀ ਹੈ ਨਾ ਤਾਂ ਉਹਦਾ ਅੰਜਾਮ ਬਹੁਤ ਭੈੜਾ ਹੁੰਦਾ। ਪਰ ਖੈਰ, ਮੈਂ ਅਤੇ ਮੇਰੇ ਭਾਈ ਨੇ ਕਦੇ ਵੀ ਇਸ ਘਰ ਦੀ ਬਦਸੀਸ ਨਹੀਂ ਮੰਗੀ, ਹਮੇਸ਼ਾ ਹੀ ਦੁਆਵਾਂ ਮੰਗੀਆਂ ਮੈਂ ਤਾਂ ਆਪਦੇ ਭਾਈ ਲਈ ਵੀ ਅਤੇ ਇਸ ਘਰ ਲਈ ਵੀ। ਇੰਨਾ ਮੈਨੂੰ ਗੱਲਾਂ ਸੁਣਾ ਕੇ ਹੁਣ ਸ਼ਰਮਿੰਦਾ ਨਾ ਕਰ। ਮੈਂ ਤਾਂ ਇਹ ਵੀ ਨਹੀਂ ਦੇਖਿਆ ਵੀ ਦਿਨ ਦੇ ਸਾ ਤਿਉਹਾਰ ਆ, ਇਹਦਾ ਭਾਈ ਰੱਖੜੀ ਬਣਾਉਣ ਆਇਆ। ਮੇਰੇ ਅੱਖਾਂ 'ਤੇ ਲਾਲਚ ਦੀ ਪੱਟੀ ਬਣ ਗਈ ਸੀ। ਮੈਂ ਪੈਸੇ ਦੇਖੀ ਗਏ ਵੀ ਤੈਨੂੰ 100 ਦੇ ਕੇ ਗਿਆ ਜਾਂ 200 ਰੁਪਈਆ ਦੇ ਕੇ ਗਿਆ। ਮੈਂ ਉਹਦੀਆਂ ਭਾਵਨਾਵਾਂ ਨਹੀਂ ਦੇਖੀਆਂ ਕਿ ਤੁਸੀਂ ਮਾਂ ਪਿਓ ਤੋਂ ਵਾਹਰੇ ਹੋ, ਤੁਹਾਨੂੰ ਮੈਂ ਮਾਂ ਵਾਲਾ ਪਿਓ ਵਾਲਾ ਪਿਆਰ ਦੇਵਾਂ। ਮੈਂ ਤਾਂ ਹੋਰ ਹੋਰ ਗੱਲਾਂ ਕਰਨ ਲੱਗ ਪਈ। ਧੀਏ, ਮੈਨੂੰ ਨਹੀਂ ਸੀ ਪਤਾ ਵੀ ਜੋ ਬੋਲ ਮੈਂ ਤੇਰੇ ਭਾਈ ਵਾਸਤੇ ਬੋਲ ਰਹੀ ਹਾਂ ਨਾ ਉਹ ਮੇਰੇ ਪੁੱਤ 'ਤੇ ਆ ਡਿੱਗਣੇ ਆ। ਤੇਰੇ ਮੈਂ ਭਾਈ ਨੂੰ ਕੀ ਨਹੀਂ ਬੋਲੀ, ਕੀ ਨਹੀਂ ਕਿਹਾ, ਕਦੀ ਕੁਛ ਕਦੀ ਕੁਛ। ਹੋਰ ਤਾਂ ਹੋਰ, ਮੈਂ ਵੀ ਕਹਿਤਾ ਵੀ ਤੇਰੇ ਭਾਈ ਦਾ ਐਕਸੀਡੈਂਟ ਹੋ ਗਿਆ, ਤੇਰਾ ਭਾਈ ਮਰ ਗਿਆ, ਅਤੇ ਉਸ ਵਾਹਿਗੁਰੂ ਨੇ ਨਾ ਮੈਨੂੰ ਮੇਰੇ ਪੁੱਤ ਦੇ ਸੱਟ ਲਾ ਕੇ ਅੱਖਾਂ ਖੋਲਤੀਆਂ। ਬਸ ਅੱਜ ਤੋਂ ਬਾਅਦ ਨਾ ਇਹ ਮੇਰੇ ਤੋਂ ਕਦੀ ਕੋਈ ਗਲਤੀ ਨਹੀਂ ਹੁੰਦੀ। ਮੈਂ ਤੇਰੇ ਭਾਈ ਨੂੰ ਵੀ ਆਪਣਾ ਸਾਵਾਂ ਪੁੱਤ ਮੰਨੂੰਗੀ। ਉਹਨੂੰ ਮਾਂ ਦਾ ਪਿਆਰ ਨਹੀਂ ਮਿਲਿਆ ਨਾ, ਅੱਜ ਤੋਂ ਬਾਅਦ ਮੈਂ ਜਾਦੀ ਨੂੰ ਮਾਂ ਵਾਲਾ ਵੀ ਪਿਆਰ ਦੇਊਂਗੀ, ਚਾਹੇ ਉਹ ਇੱਥੇ ਰਹੇ ਜਾਂ ਤੇਰੇ ਪੇਕੀ। ਬਸ ਧੀਏ, ਮਾਫ਼ ਕਰ ਦੇ ਮੈਨੂੰ। ਕੋਈ ਗੱਲ ਨਹੀਂ ਮੰਮੀ, ਤੁਸੀਂ ਮਾਫ਼ੀ ਨਾ ਮੰਗੋ। ਬਸ ਰੱਬ ਨੇ ਵੇਲੇ ਸਿਰ ਤੁਹਾਡੇ ਸਾਹਮਣੇ ਨਤੀਜਾ ਲਿਆ ਤਾ ਅਤੇ ਤੁਹਾਨੂੰ ਅਕਲ ਦੇਤੀ, ਇਹੀ ਬਹੁਤ ਹੈ ਵੀ ਜਿਹੜਾ ਤੁਸੀਂ ਸਮਝ ਗਏ। ਠੀਕ ਹੈ ਪੁੱਤ, ਤੂੰ ਮੈਨੂੰ ਮਾਫ਼ ਕਰਤਾ ਨਾ, ਬਸ ਮੇਰੇ ਲਈ ਇਹੀ ਬਹੁਤ ਹੈ। ਬਿੱਲੇ, ਅੱਜ ਤੋਂ ਬਾਅਦ ਨਾ ਆਪਾਂ ਆਪਣੀ ਨਵੀਂ ਜ਼ਿੰਦਗੀ ਸ਼ੁਰੂ ਕਰਨੀ ਹੈ। ਆਪਾਂ ਕਿਸੇ ਨੇ ਇੱਕ ਦੂਜੇ ਨੂੰ ਕੁਛ ਨਹੀਂ ਕਹਿਣਾ, ਨਾ ਰੋਕ ਨਾ ਟੋਕ। ਜਿਵੇਂ ਦਿਲ ਕਰਦਾ ਨਾ, ਸਾਰੇ ਘਰ ਦੀ ਕਬੀਲਦਾਰੀ ਤੁਹਾਡੇ ਹੱਥ, ਜਿਵੇਂ ਦਿਲ ਕਰਦਾ ਤੁਸੀਂ ਉਵੇਂ ਕਰੋ। ਬਸ ਖੁਸ਼ ਰਹੋ ਮੇਰੇ ਬੱਚਿਓ। ਜਾਦੀ ਨੂੰ ਵੀ ਕਹਿ ਦੇ ਪੁੱਤ, ਉਹਨੂੰ ਫੋਨ ਕਰ ਦੇ ਜਾਂ ਮੈਨੂੰ ਤੂੰ ਕਰ ਦੇ ਫੋਨ ਵੀ ਉਹ ਆ ਜਾਵੇ। ਉਹਨੇ ਵੀ ਮੇਰੇ ਪੁੱਤ ਨੂੰ ਖੂਨ ਦੇ ਕੇ ਜਾਨ ਬਚਾਈ ਹੈ, ਉਹ ਵੀ 4 ਦਿਨ ਇੱਥੇ ਰਹਿ ਜਾਵੇ, ਚੰਗਾ ਖਾਊਗਾ ਪੀਊਗਾ, ਉਹਦੀ ਵੀ ਸਿਹਤ ਠੀਕ ਰਹੂਗੀ। ਤੱਕ ਗਈ ਜਾਨ ਦਾ ਮਾੜਾ। ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ, ਠੀਕ ਹੋ? ਕੀ ਹਾਲ ਚਾਲ ਜੀ ਦੋਸਤੋ? ਰੱਖੜੀ ਦੀ ਵੀਡੀਓ ਬਣਾਈ ਆ ਜੀ, ਉਮੀਦ ਕਰਦੇ ਹਾਂ ਤੁਸੀਂ ਪਸੰਦ ਕਰੋਗੇ। ਪੰਜਾਬ ਲਾਈਫ ਚੈਨਲ ਤੇ ਸਬਸਕ੍ਰਾਈਬ ਕਰ ਲਿਓ, ਜ਼ਰੂਰ ਕਰਿਓ। ਆਉਣ ਵਾਲੇ ਟਾਈਮ 'ਚ ਵਧੀਆ ਵਧੀਆ ਵੀਡੀਓ ਤੁਹਾਡੇ ਲਈ ਪੇਸ਼ ਕਰ ਰਹੇ ਹਾਂ। ਅੱਜ ਅਸੀਂ ਰੱਖੜੀ 'ਤੇ ਸਪੈਸ਼ਲ ਬਣਾਈ ਆ, ਰੱਖੜੀ ਦੇ ਨੇੜੇ 'ਤੇ ਰਿਲੀਜ਼ ਕਰਾਂਗੇ, ਅਤੇ ਇੱਦਾਂ ਪਿਆਰ ਬਣਾਈ ਰੱਖਿਓ ਮਨਪ੍ਰੀਤ ਅਤੇ ਕੁਲਦੀਪ ਦੁਸਾਂਝ ਦੀ ਜੋੜੀ ਨੂੰ। ਬਾਕੀ ਆ ਵੀ ਹੈਗੇ ਹਮਾ ਤੁਮਾ, ਇਹਨਾਂ ਨੂੰ ਵੀ ਭੁੱਲ ਗਈ ਸਾਨੂੰ। ਮੇਰੇ ਹੱਥ ਦੇਖ ਕੇ ਜੱਜ ਨਾ ਕਰਿਓ ਕੁਛ ਵੀ, ਉਹ ਥੱਲੇ ਕੀੜੇ ਬਹੁਤ ਆ, ਮੇਰੀਆਂ ਚੱਪਲਾਂ ਤਾਂ ਖੜ ਗਏ, ਮੈਂ ਚੱਪਲਾਂ ਝਾੜ ਰਹੀ ਹਾਂ। ਬਾਏ।